जस टीवी देख रहे हो तुसी, मैं केपी सिंह टू द पॉइंट में तुहाडा सब का स्वागत करता है। टूल किट ना ते बहुत ज़्यादा घमसान मचा हुआ। टूल किट गूगल का एक डाकूमेंट हुंदा, इस डाकूमेंट के विच एक्शन पॉइंट्स जिहड़े दर्ज किए गए हुंदे आ, ते इन्हां एक्शन पॉइंट्स नूं किसान अंदोलन के नाल जोड़िया गया, ते पुलिस इहदे बारे सारी तहकीकात कर रही है। तो ये ग्रेटा थनबर्ग तो शुरू होया सीगा, ते दिशा तक पहुँच गया, ते निकिता तक पहुँच गया, शांतनु तक पहुँच गया। बहुत सारे सवाल इस विचाले उठ रहे हैं। सियासत आपस में लगी हुई है, सियासत नू एक सुपरहिट टूल लगता है कि इन ते चर्चा होनी चाहिए है, पर कि किसान अंदोलन इस टूल किट नाल चलता रहा, कि ट्रैक्टर परेड इस टूल किट नाल चली, कि लाल किला कांड इस टूल किट की वजह करके होया। बहुत सारे सवाल तुहाडे मन में होणगे, उन्हां सवालों के जवाब लैण दे लई सानू यह चर्चा करनी पै रही है। असी इक्को सवाल पुछांगे, किसानां ते सियासत कोले केड़ी टूल किट। जिहड़े चेहरे तुहानूं तस्वीरां च दिखदे पए आ मेरे पिछे, ये चेहरियां ते उत्ते सवाल बहुत सारे। इन्हां सवालों के विचाले ग्रेटा थनबर्ग, निकिता, दिशा, शांतनु, मैं इन्हां सारा जिक्र कर रहा। इस दे नाल नौदीप का भी एक चेहरा हैगा, तो सारे के मामले अलग अलग भी है, तो कनैक्शन जुड़े भी हुए है, पर इन सवालों के विचाले भी हैगा कि क्रिमिनल केसा दे विच किसान अंदोलन कितने दबिया तो नहीं जाएगा, जां एक यहोजी परसैप्शन बिल्टअप कर दी जाएगी जिंदा किसान अंदोलन लीत हो लिया जाएगा। ये सारे सवाल तुहाडे जहन विच होणगे, पर इन सवालों के विचाले पुलिस की कह रही है उस सुनिए। Of the toolkit was to create misinformation and disaffection against the lawfully enacted government. The toolkit sought to artificially amplify the fake news through various tweets which they have created in the form of a tweet bank, and they also sought public to participate in the action on 26 January, that was the Republic Day of India. Based on these incriminating evidences collected against Disha from her device, and in view of the fact that Nikita did not cooperate and she fled from her house, we acted against Disha because she has deleted a WhatsApp group which she created. ਵੱਡਾ ਸਵਾਲ ਜਿਹੜਾ ਇਸ ਡਿਬੇਟ ਦੇ ਵਿੱਚ ਪੁੱਛਾਂਗੇ ਅਸੀਂ, ਵੱਡਾ ਸਵਾਲ ਅਸੀਂ ਇਹ ਪੁੱਛਾਂਗੇ ਕਿ ਟੂਲ ਕਿੱਟ ਵਾਲੀ ਸਾਜਿਸ਼ ਦੀ ਥਿਊਰੀ ਨਾਲ ਕਿਸਾਨ ਅੰਦੋਲਨ ਮੱਠਾ ਪੈ ਜਾਵੇਗਾ। ਇਸੇ ਸਵਾਲ 'ਤੇ ਬਹਿਸ ਹੋਵੇਗੀ। ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਦਾ ਤਾਰੁਫ ਕਰਾ ਰਹੇ ਹਾਂ। ਸ਼ਸ਼ੀ ਕਾਂਤ, ਸਾਬਕਾ DGP ਨੇ ਪੰਜਾਬ ਅਤੇ ਜੇਲ੍ਹਾਂ ਦੇ ਮਹਿਕਮੇ ਦੇ ਵਿੱਚ ਰਹੇ ਆ, ਅਤੇ ਸ਼ਸ਼ੀ ਕਾਂਤ ਹਰੀ ਰਾਅ ਦੇ ਵਿੱਚ ਅਤੇ ਹੋਰ ਜਿਹੜੀਆਂ ਭਾਰਤੀਆਂ ਵੱਡੀਆਂ ਵੱਡੀਆਂ ਏਜੰਸੀਆਂ ਉਹਨਾਂ ਵਿੱਚ ਕੰਮ ਕਰ ਚੁੱਕੀ ਹੈ। ਇਹਨਾਂ ਨੂੰ ਪਤਾ ਏਜੰਸੀਆਂ ਕਿਸ ਤਰੀਕੇ ਨਾਲ ਕੰਮ ਕਰਦੀਆਂ, ਅਤੇ ਜਦੋਂ ਇਹੋ ਜਿਹੇ ਅੰਦੋਲਨ ਹੁੰਦੇ ਆ ਉਦੋਂ ਏਜੰਸੀਆਂ ਕਿਹੜੀਆਂ ਭੂਮਿਕਾ ਵਿੱਚ ਹੁੰਦੀਆਂ ਨੇ। ਸ਼ਸ਼ੀ ਕਾਂਤ ਜੀ, ਬਹੁਤ ਸਵਾਗਤ ਹੈ ਸਰ ਤੁਹਾਡਾ। ਹਰਚੰਦ ਸਿੰਘ ਬਾਠ ਸੀਨੀਅਰ ਐਡਵੋਕੇਟ ਨੇ। ਹਰਚੰਦ ਸਿੰਘ ਬਾਠਰਾਂ ਨੂੰ ਜਿੰਨੀ ਸਿਆਸੀ ਸਮਝ ਹੈ ਉਸ ਤੋਂ ਜ਼ਿਆਦਾ ਵਕਾਲਤ ਦੀ ਸਮਝ ਵੀ ਹੈਗੀ। ਇਹਨਾਂ ਨੂੰ ਪਤਾ ਜਿਹੜੇ ਕੇਸ ਹੈਗੇ ਆ ਉਹ ਕੇਸ ਜਾ ਕੇ ਅਦਾਲਤਾਂ ਵਿੱਚ ਕਿੰਨੇ ਠਹਿਰਦੇ ਆ, ਅਤੇ TV ਡਿਬੇਟ ਵਿੱਚ ਇਹਨਾਂ ਕੇਸਾਂ ਦੀ ਭੂਮਿਕਾ ਕੀ ਹੁੰਦੀ ਹੈ, ਅਤੇ TV ਐਂਕਰ ਇਹਨਾਂ ਕੇਸਾਂ ਨੂੰ ਪ੍ਰਭਾਸ਼ਿਤ ਕਿਵੇਂ ਕਰਦੇ, ਉਹ ਬਾਠ ਸਾਹਿਬ ਨੂੰ ਬਖੂਬੀ ਪਤਾ, ਇਸ ਕਰਕੇ ਬਾਠ ਸਾਹਿਬ ਨੂੰ ਸੱਦਿਆ। ਹਰਚੰਦ ਸਿੰਘ ਬਾਠ ਸਰ, ਤੁਹਾਡਾ ਵੀ ਬਹੁਤ ਸਵਾਗਤ ਹੈ ਸਰ। ਹਰਦੀਪ ਸਿੰਘ ਕਿੰਗਰਾ ਕਾਂਗਰਸ ਦੇ ਬੁਲਾ ਰਹੇ ਆ। ਹਰਦੀਪ ਸਿੰਘ ਕਿੰਗਰਾ ਜਿੱਥੇ ਉੱਚ ਅਹੁਦਿਆਂ 'ਤੇ ਰਹੇ ਆ ਉੱਥੇ ਇਹ ਮੰਤਰੀਆਂ ਸੰਤਰੀਆਂ ਨਾਲ ਵੀ ਬਹੁਤ ਲੰਬਾ ਸਮਾਂ ਇਹਨਾਂ ਨੇ ਕੰਮ ਕੀਤਾ, ਅਤੇ ਇਹਨਾਂ ਨੂੰ ਪਤਾ ਕਿ ਜਦੋਂ ਇਹੋ ਜਿਹੇ ਅੰਦੋਲਨ ਹੁੰਦੇ ਆ ਮੰਤਰੀ ਸੰਤਰੀ ਉਦੋਂ ਕਿਹੋ ਜਿਹੀ ਕਹਿੰਦੇ ਆ ਕਿ ਪਰਸੈਪਸ਼ਨ ਬਿਲਟਅਪ ਕੀਤੀ ਜਾਵੇ, ਅਤੇ ਹੋ ਸਕਦਾ ਕਿੰਗਰਾ ਸਾਹਿਬ ਹੋਰਾਂ ਤੋਂ ਵੀ ਕਦੇ ਸਲਾਹਾਂ ਲਿੱਤੀਆਂ ਹੋਣ, ਇਸ ਕਰਕੇ ਕਿੰਗਰਾ ਸਾਹਿਬ ਨੂੰ ਸੱਦਿਆ, ਕਿਉਂਕਿ ਸਿਆਸਤ 'ਤੇ ਇਹਨਾਂ ਟੂਲ ਕਿੱਟ ਨੂੰ ਪਤਾ ਨਹੀਂ ਕਿਹੜੀ ਕਿੱਟ ਵਜੋਂ ਜਾਣਦੀਆਂ ਨੇ। ਕਿੰਗਰਾ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ ਤੁਹਾਨੂੰ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਮਨਜਿੰਦਰ ਸਿੰਘ ਭੁੱਲਰ ਆਮ ਆਦਮੀ ਪਾਰਟੀ ਦੇ ਬੁਲਾਰੇ ਆ, ਨਵੇਂ ਨਵੇਂ ਆਮ ਆਦਮੀ ਪਾਰਟੀ ਵਿੱਚ ਆਏ ਆ, ਪਰ ਜਦੋਂ ਆਮ ਆਦਮੀ ਪਾਰਟੀ ਵੀ ਇਸ ਮੁੱਦੇ 'ਤੇ ਸਟੈਂਡ ਲੈਂਦੀ ਆ, ਤਾਂ ਉਦੋਂ ਪੰਜਾਬ ਦੀ ਆਮ ਆਦਮੀ ਪਾਰਟੀ ਦਾ ਵੀ ਜਿਹੜਾ ਪ੍ਰਤੀਕਰਮ ਹੈ ਉਹ ਜਾਣਨਾ ਜ਼ਰੂਰੀ ਹੈ। ਇਹ ਖੁਦ ਵੀ ਵਕੀਲ ਹੈ, ਇਹਨਾਂ ਨੂੰ ਵੀ ਪਤਾ ਕਿ ਕਿਸ ਤਰੀਕੇ ਨਾਲ ਸਭ ਕੁਝ ਹੋ ਰਿਹਾ, ਅੰਦੋਲਨ ਦੇ ਵਿਚਾਲੇ ਇਹੋ ਜਿਹੇ ਕੇਸ ਆ ਜਿਹੜੇ ਸਾਹਮਣੇ ਆਉਂਦੇ ਆ। ਮਨਜਿੰਦਰ ਸਿੰਘ ਭੁੱਲਰ, ਤੁਹਾਡਾ ਬਹੁਤ ਸਵਾਗਤ ਹੈ ਸਰ। ਵੈਸੇ ਤਾਂ ਮੈਂ ਰੋਜ਼ ਡਿਬੇਟ ਸ਼ੁਰੂ ਕਰਨ ਤੋਂ ਪਹਿਲਾਂ ਜ਼ਰੂਰ ਦੱਸਦਾ ਤੁਹਾਨੂੰ, ਅੱਜ ਵੀ ਦੱਸ ਰਿਹਾ, BJP ਇਹਨਾਂ ਡਿਬੇਟਸ ਵਿੱਚ ਸ਼ਾਮਿਲ ਨਹੀਂ ਹੋ ਰਹੀ। ਉਹਨਾਂ ਨੇ ਜੋ ਕੁਛ ਕਿਹਾ ਤੁਹਾਨੂੰ ਉਹ ਦੱਸ ਦਿੰਦਾ। ਉਹ ਕਹਿੰਦੇ ਕਿ ਕਿਸਾਨ ਦਾ ਮੁੱਦਾ ਸਾਡੇ ਲਈ ਓਨਾ ਇੰਪੋਰਟੈਂਟ ਨਹੀਂ ਹੈਗਾ, ਕੋਈ ਹੋਰ ਇਸ਼ੂ ਹੋਇਆ ਤਾਂ ਅਸੀਂ ਆਪਣਾ ਸਪੋਕਸਪਰਸਨ ਜ਼ਰੂਰ ਭੇਜ ਦੇਵਾਂਗੇ। ਇਹ BJP ਨੇ ਕਿਹਾ, ਜਿਵੇਂ ਕਿਹਾ ਸੀ ਉਵੇਂ ਤੁਹਾਨੂੰ ਦੱਸਤਾ। ਸ਼ਸ਼ੀ ਕਾਂਤ ਜੀ, ਸਭ ਤੋਂ ਪਹਿਲਾਂ ਸਵਾਲ ਤੁਹਾਨੂੰ ਕਰਨਾ ਚਾਹੁੰਦਾ। ਸ਼ਸ਼ੀ ਕਾਂਤ ਜੀ, ਸ਼ਸ਼ੀ ਕਾਂਤ ਜੀ, SFJ ਤੋਂ ਸ਼ੁਰੂ ਹੋਇਆ ਸੀ ਕੰਮ, ਅਤੇ PGF ਤੱਕ ਜੋੜ ਦਿੱਤਾ ਗਿਆ, ਅਤੇ ਖਾਲਿਸਤਾਨ ਦਾ ਏਜੰਡਾ ਉਭਾਰ ਦਿੱਤਾ ਗਿਆ। ਸ਼ਸ਼ੀ ਕਾਂਤ ਜੀ,
ਗਰਾਊਂਡ ਤੇ ਅਸਲ ਵਿੱਚ ਹੈ ਕੀ ਹੈ ਤੇ ਗੂਗਲ ਤੇ ਕੀ ਹੈਗਾ? ਸਤਿ ਸ਼੍ਰੀ ਅਕਾਲ ਜੀ। ਦੇਖੋ ਜੀ, ਗੂਗਲ ਦੀ ਤੁਸੀਂ ਗੱਲ ਕਰਦੇ ਹੈਗੇ ਹੋ, ਗੂਗਲ ਦੇ ਵਿੱਚ ਤਾਂ ਇੰਨਾ ਸਮਾਨ ਹੈਗਾ ਹੈ ਕਿ ਉਹਦੇ ਨਾਲ ਕੁਛ ਵੀ ਹੋ ਸਕਦਾ ਹੈਗਾ। ਜੇ ਤੁਸੀਂ ਬੰਬ ਬਣਾਉਣਾ ਚਾਹੁੰਦੇ ਹੈਗੇ ਉਹ ਵੀ ਉੱਥੇ ਮਿਲ ਜਾਏਗਾ, IED ਬਣਾਉਣਾ ਚਾਹੁੰਦੇ ਉਹ ਵੀ ਮਿਲ ਜਾਏਗਾ, ਔਨਲਾਈਨ ਪਟੀਸ਼ਨਸ ਯੂਨਾਈਟਿਡ ਨੇਸ਼ਨਸ ਨੂੰ ਅਤੇ ਪ੍ਰੈਜ਼ੀਡੈਂਟ ਨੂੰ ਸਾਰੇ ਉਹ ਮਿਲ ਜਾਣਗੇ। ਇਹ ਜਿਹੜੇ ਡਾਕੂਮੈਂਟ ਦੀ ਗੱਲ ਕਰ ਰਹੇ ਹੋ, ਟੂਲ ਕਿੱਟ, ਉਹ ਜਿਹੜਾ ਬੇਸਿਕਲੀ ਇੱਕ ਅਵੇਅਰਨੈਸ ਕ੍ਰੀਏਟ ਕਰਨ ਦਾ ਇੱਕ ਜਿਹੜਾ ਮਾਧਿਅਮ ਹੁੰਦਾ, ਇਹ ਵੀ ਤੁਹਾਨੂੰ ਉੱਥੇ ਹਰ ਮੁੱਦੇ 'ਤੇ ਹਰ ਟੌਪਿਕ 'ਤੇ ਮਿਲ ਜਾਣਗੀ। ਇਹ ਹੈਗਾ ਨੈੱਟ। ਸਤਿ ਸ਼੍ਰੀ ਅਕਾਲ ਜੀ। ਮੇਰਾ ਇੱਕ ਸਵਾਲ ਹੋਰ ਸੀ ਨਾਲ ਸਰ, ਮੈਂ ਸਵਾਲ ਇਹ ਕਰ ਰਿਹਾ ਸੀ SFJ ਤੋਂ PGF ਤੱਕ ਕਿਉਂ ਜੋੜਿਆ ਜਾ ਰਿਹਾ ਸਭ ਕੁਛ ਸਰ? ਖੇਤੀ ਕਾਨੂੰਨਾਂ ਦੀ ਗੱਲ ਤਾਂ ਰਹਿ ਨਹੀਂ ਗਈ, ਹੁਣ SFJ ਦੀ ਗੱਲ ਅਤੇ PGF ਦੀ ਗੱਲ ਹੋ ਰਹੀ ਹੈ। ਇਹ ਜਿਹੜੀ ਗੱਲ ਹੈਗੀ, ਮੈਂ ਸਮਝਦਾ ਬੜੀ ਬਦਕਿਸਮਤੀ ਦੀ ਹੈਗੀ ਹੈ। ਖਾਲਿਸਤਾਨ ਦੀ ਗੱਲ ਤਾਂ ਕਾਫੀ ਪਹਿਲੇ ਸ਼ੁਰੂ ਹੋ ਗਈ ਜਦੋਂ ਕਿਸਾਨ ਮੂਵਮੈਂਟ ਸ਼ੁਰੂ ਹੋਇਆ ਸੀ। ਉਹਦੇ 'ਚ ਕਿਹਾ ਗਿਆ ਸੀ ਕਿ ਜਿਹੜੇ ਉੱਥੇ ਬੈਠੇ ਹੈਗੇ ਨੇ ਸੰਘੂ ਬਾਰਡਰ 'ਤੇ, ਉਹ ਖਾਲਿਸਤਾਨੀ ਹੈਗੇ ਨੇ ਜਾਂ ਖਾਲਿਸਤਾਨ ਦੇ ਪੋਸਟਰਸ ਨਿਕਲੇ ਹੈਗੇ ਨੇ, ਜਿਹਦੀ ਕਿ ਪੁਲਿਸ ਨੂੰ ਛਾਨਬੀਨ ਕਰਨੀ ਚਾਹੀਦੀ ਸੀ ਪੋਸਟਰ ਕਿੱਥੋਂ ਆਏ। ਪਰ ਗੱਲ ਜਿਹੜੀ ਹੈਗੀ ਹੈ, ਹੁਣ ਸਿਰਫ ਸੰਘੂ ਦੀ ਨਹੀਂ ਰਹਿ ਗਈ ਹੈਗੀ ਹੈ, ਗਾਜ਼ੀਪੁਰ ਅਤੇ ਹੋਰ ਜਿਹੜੀ ਥਾਵਾਂ ਹੈਗੀਆਂ ਉੱਥੇ ਵੀ ਰਹਿ ਗਏ ਹੈਗੇ ਨੇ। ਜਿਹੜੇ ਫਾਰਮਰਸ ਐਜੀਟੇਟ ਕਰ ਰਹੇ ਹੈ, ਉਹ ਕਿਸੇ ਇੱਕ ਖਾਸ ਕਮਿਊਨਿਟੀ ਦੇ ਨਹੀਂ ਹੈਗੇ ਨੇ। ਇਹ ਨਹੀਂ ਹੈਗਾ ਕਿ ਸਿਰਫ ਪੰਜਾਬੀ ਹੈਗੇ ਨੇ ਜਾਂ ਵੈਸਟ UP ਦੇ ਹੈਗੇ ਨੇ, ਕੋਈ ਹੋਰ ਹੈਗੇ ਨੇ। ਇਹ ਜੁਆਇੰਟ ਐਜੀਟੇਸ਼ਨ ਹੋ ਗਿਆ ਹੈਗਾ, ਜਿਹਨੂੰ ਮੈਂ ਕਹਿਣਾ ਹੈਗਾ ਐਜੀਟੇਸ਼ਨ ਲੈਸ ਐਜੀਟੇਸ਼ਨ, ਕਿਉਂਕਿ ਉਹਦੇ 'ਚ ਕੋਈ ਇਸ ਤਰ੍ਹਾਂ ਦਾ ਐਜੀਟੇਸ਼ਨ ਮੈਨੂੰ ਕਦੇ ਨਜ਼ਰ ਨਹੀਂ ਆਇਆ। ਅਤੇ ਇਸ ਕਰਕੇ ਮੈਂ ਸਮਝਦਾ ਹੈਗਾ ਇਹ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਇਹਨੂੰ ਪਟਕਾ ਕੇ ਇੱਕ ਪਾਸੇ ਲੈ ਜਾਓ ਅਤੇ ਇਹਦੇ 'ਤੇ ਕੋਈ ਲੀਗਲ ਕਾਰਵਾਈ ਕਰ ਸਕੋ। ਠੀਕ ਹੈ ਬਾਠ ਸਾਹਿਬ। ਸਰ ਡਾਕੂਮੈਂਟ ਆ ਜਿਹੜਾ ਤੁਸੀਂ ਵੀ ਦੇਖਿਆ ਹੋਊਗਾ ਉਹ, ਸਰ ਇਹ ਡਾਕੂਮੈਂਟ ਸਤਿ ਸ਼੍ਰੀ ਅਕਾਲ ਜੀ ਕਹਿ ਰਹੇ 1000 ਤਰੀਕੇ ਪਏ ਆ ਗੂਗਲ 'ਤੇ, ਬੰਬ ਬਣਾਉਣ ਦੇ ਵੀ ਤਰੀਕੇ ਪਏ ਆ, ਸਭ ਕੁਛ ਪਿਆ। ਬਾਠ ਸਾਹਿਬ ਮੈਂ ਵੈਸੇ ਸਵਾਲ, ਹੋ ਸਕਦਾ ਤੁਹਾਨੂੰ ਇਹ ਸਵਾਲ ਪਸੰਦ ਨਾ ਆਵੇ ਮੇਰਾ, ਬਾਠ ਸਾਹਿਬ ਤੁਸੀਂ ਪ੍ਰੈਕਟਿਸ ਕੀਤੀ ਸੀ ਜਾਂ ਗੂਗਲ ਤੋਂ ਪੜ੍ਹ ਕੇ ਸਰ ਵਕੀਲ ਬਣ ਗਏ? ਬਾਠ ਸਾਹਿਬ ਦੇਖੋ ਜੀ, KP ਸਿੰਘ ਜੀ ਤੁਹਾਡਾ ਬਿਲਕੁਲ ਆਪਣਾ ਰਾਈਟ ਹੈ, ਹੱਕ ਹੈ ਸਵਾਲ ਪੁੱਛਣ ਦਾ। ਇਹ ਡਸ ਨੋਟ ਮੈਟਰ ਕਿ ਕਿਸੇ ਨੂੰ ਪਸੰਦ ਆਵੇ ਜਾਂ ਨਾ ਆਵੇ, ਤੇ ਜਿਹੜਾ ਸਵਾਲ ਹੈ ਬਿਲਕੁਲ ਵਾਜਿਬ ਹੈ। ਸ਼ਸ਼ੀ ਕਾਂਤ ਜੀ ਨੇ ਜਿਹੜਾ ਬਹੁਤ ਹੀ ਸੰਖੇਪ ਦੇ ਵਿੱਚ ਜਵਾਬ ਦਿੱਤਾ, ਕਿਉਂਕਿ ਉਹ ਬੜੇ ਰਿਪਿਊਟਡ ਆਫਿਸਰ ਰਹੇ ਨੇ, ਹਾਈ ਲੈਵਲ ਆਫਿਸਰ ਜਿਹੜੇ ਰਹੇ ਨੇ ਵੱਖਰੇ ਵੱਖਰੀਆਂ ਇਨਵੈਸਟੀਗੇਟਿੰਗ ਏਜੰਸੀ, ਪੁਲਿਸ ਏਜੰਸੀ ਦੇ ਵਿੱਚ ਉਹਨਾਂ ਨੇ ਕੰਮ ਕੀਤਾ, ਔਰ ਉਹਨਾਂ ਦਾ ਜਵਾਬ ਜਿਹੜਾ ਵਾ ਇੱਕ ਬੜਾ ਸਿੰਬੋਲਿਕ ਚੀਜ਼ ਹੈ। ਉਹਨਾਂ ਨੇ ਜਿਵੇਂ ਅਸੀਂ ਕਹਿੰਦੇ ਹਾਂ ਵੀ ਕੁੱਜੇ 'ਚ ਸਮੁੰਦਰ ਬੰਦ ਕਰ ਦਿੱਤਾ, ਉਹਨਾਂ ਨੇ ਦੱਸ ਦਿੱਤਾ ਕਿ ਜੋ ਵੀ ਤੁਸੀਂ ਕੁਝ ਜਿਹੜਾ ਵਾ ਉਹ ਚਾਹੁੰਦੇ ਹੋ ਉਹਦੇ ਲਈ ਕਿਸੇ ਟੂਲ ਕਿੱਟ ਦੀ, ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ। ਉਹ ਤਾਂ ਸਾਰਾ ਜਿਹੜਾ ਵਾ ਉਹ ਅੱਜ ਕੱਲ੍ਹ ਨੈੱਟ ਦੇ ਉੱਤੇ ਪਿਆ ਹੋਇਆ। ਜੇ ਤੁਸੀਂ ਕਿਸੇ ਨੂੰ ਪ੍ਰੋਸੀਕਿਊਟ ਕਰਨਾ ਹੈ ਸਾਰੇ ਕੁਝ ਲਈ, ਤਾਂ ਇਹਦੀ ਜੜ ਦੇ ਵਿੱਚ ਜਾਣ ਲਈ ਗੂਗਲ ਨੂੰ ਕਰੋ, ਬੈਨ ਕਰੋ ਉਸ ਨੂੰ। ਕਿਉਂ ਤੁਸੀਂ ਜਿਹੜਾ ਉਸ ਨੂੰ ਅਲਾਓ ਕਰ ਰਹੇ ਹੋ? ਬਾਕੀ ਹੋਰ ਜਿਹੜਾ ਸਾਰੀ ਸਮੱਗਰੀ ਨੈੱਟ ਦੇ ਉੱਤੇ ਪਈ ਹੈ, ਜਿਹੜੀ ਕੋਈ ਵੀ ਆਦਮੀ ਜਿਹੜਾ ਵਾ ਉਹਦੇ ਲਈ ਅਵੇਲੇਬਲ ਹੈ, ਕਿਸੇ ਨੂੰ ਕੋਈ ਵੀ ਬੰਦਿਸ਼ ਨਹੀਂ ਹੈ, ਕਿਸੇ 'ਤੇ ਕੋਈ ਵੀ ਪਾਬੰਦੀ ਨਹੀਂ ਹੈ। ਤਾਂ ਇਸ ਕਰਕੇ ਤੁਸੀਂ ਜੇ ਉਸਨੂੰ ਜੜ ਤੋਂ ਖਤਮ ਕਰਨਾ ਚਾਹੁੰਦੇ ਹੋ, ਜੇ ਚਾਹੁੰਦੇ ਹੋ ਵੀ ਇਹ ਗੱਲ ਨਾ ਫੈਲਰੇ, ਇਕੱਲੇ ਨੈੱਟ ਸਿੰਘੂ ਬਾਰਡਰ 'ਤੇ ਜਾਂ ਦੂਸਰੇ ਬਾਰਡਰ 'ਤੇ ਬੰਦ ਕਰਨ ਨਾਲ, ਇਕੱਲਾ ਜਿਹੜਾ ਨੈੱਟ ਹੈ ਉਹ ਹਰਿਆਣੇ ਦੇ ਵਿੱਚ ਬੰਦ ਕਰਨ ਦੇ ਨਾਲ ਤੁਸੀਂ ਇਸ ਨੂੰ ਨਹੀਂ ਰੋਕ ਸਕਦੇ ਹੈ। ਦੇਖੋ ਇਹ ਇੱਕ ਬੜਾ ਜਿਹੜਾ ਅੰਦੋਲਨ ਹੈ, ਪ੍ਰੋਟੈਸਟ ਅੰਦੋਲਨ ਹੈ। ਮੈਂ KP ਜੀ ਮੈਨੂੰ ਮਾਫ਼ ਕਰਨਾ, ਮੈਂ ਇਹਨੂੰ ਜਿਹੜਾ ਜੇ ਅਗਰ ਮੈਂ ਬੈਕਗ੍ਰਾਉਂਡ 'ਤੇ ਇੱਕ ਦਸ ਜਿਹੜਾ ਮਿੰਟ ਹੈ ਤੁਹਾਡਾ ਲੈ ਲਵਾਂ। ਇਹ ਅਸਲ ਦੇ ਬਹੁਤ ਪਹਿਲਾਂ ਤੋਂ ਸ਼ੁਰੂ ਹੋਇਆ। ਦੇਖੋ ਤੁਸੀਂ ਕਦੋਂ ਤੋਂ ਚੱਲਿਆ, JNU ਦੇ ਵਿੱਚ ਜਦੋਂ ਨਾਅਰੇ ਲੱਗੇ ਇਸ ਗੱਲ ਦੇ ਉੱਤੇ ਕਿ ਜਿਹੜਾ ਦੇਸ਼ ਹੈ ਟੁਕੜੇ ਟੁਕੜੇ ਕਰਨ ਦੇ, ਉਹ ਨਕਾਬ ਪੋਸ਼ ਜਿਹੜੇ ਸੀ ਉਹ ਅਜੇ ਤੱਕ ਇਹਨਾਂ ਨੂੰ ਨਹੀਂ ਲੱਭੇ ਹੈ, ਉਹ ਕਿੱਥੇ ਗਏ ਨੇ? ਚਲਾਣ ਵੀ ਪਿਆ ਕਨਈਆ ਦਾ, ਹੋਰਾਂ ਨੂੰ ਫੜ ਲਿਆ ਇਹਨਾਂ ਨੇ ਕਰ ਲਿਆ, ਉਹ ਜਿਹੜੇ ਨਾਅਰੇ ਲਾਉਣ ਵਾਲੇ ਸੀ ਉਹ ਅਜੇ ਤੱਕ ਇਹਨਾਂ ਨੂੰ ਨਹੀਂ ਪਏ। ਉਸ ਤੋਂ ਬਾਅਦ ਜਦੋਂ JNU ਦੀ ਜਿਹੜੀ ਲੜਕੀ ਪ੍ਰੈਜੀਡੈਂਟ ਸੀ ਉਹਨਾਂ ਦੇ ਆ ਕੇ ਅਟੈਕ ਕੀਤਾ ਬਾਹਰੋਂ ਬੰਦਿਆਂ ਦੇ ਉੱਤੇ, ਉਹ ਬੰਦੇ ਇਹਨਾਂ ਨੂੰ ਲੱਭੇ ਅਜੇ ਤੱਕ। ਜਦੋਂ ਤੋਂ ਇਹ ਅੰਦੋਲਨ ਸ਼ੁਰੂ ਹੋਇਆ ਉਸ ਅੰਦੋਲਨ ਤੇ ਇਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਨੂੰ ਬਦਨਾਮ ਕਰਨ ਦੇ ਲਈ, ਇਸ ਨੂੰ ਡਿਫੇਮ ਕਰਨ ਦੇ ਲਈ ਮਾਓਇਸਟ, ਨਕਸਲਾਈਜ਼, ਪਾਕਿਸਤਾਨ, ਅੱਤਵਾਦੀ, ਖਾਲਿਸਤਾਨੀ, ਚਾਈਨੀਜ਼, ਇਹ ਸਾਰਾ ਕੁਝ ਕੀਤਾ। ਹੁਣ ਜਦੋਂ ਉਹ ਕੁਝ ਨਹੀਂ ਚੱਲਿਆ ਹੈ ਤਾਂ ਕਿੱਥੋਂ ਜਾ ਕੇ ਇਹਨਾਂ ਨੇ ਇੱਕ ਚੀਜ਼ ਫੜ ਕੇ ਤੇ ਉੱਥੋਂ ਜਿਹੜਾ ਵਾ ਬੰਗਲੌਰ ਦੇ ਵਿੱਚੋਂ ਇੱਕ ਕੁੜੀ 21 ਦੀ ਹੈ ਉਸ ਨੂੰ ਜਿਹੜਾ ਵਾ ਉਹ ਸਹਾਰਾ ਬਣਾ ਕੇ ਇਸ ਅੰਦੋਲਨ ਨੂੰ ਇਨਫੈਕਟ ਡਿਫੇਮ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਇਹਨਾਂ ਦੀ ਜਿਹੜੀ ਹੈ, ਜਿਹੜੀ ਇੱਕ ਹੋਰ ਚਾਰ ਇਹਨਾਂ ਦੀ ਹੈ ਕਿ ਜਦੋਂ ਇਹ ਕੁਝ ਸਫਲ ਨਹੀਂ ਹੋ ਸਕੇ ਤਾਂ ਇਹਦੀ ਕੋਈ ਵੈਲਿਊ ਨਹੀਂ ਹੈ, ਇਹਦੀ ਕੋਈ ਜਿਹੜੀ ਸਸਟੇਨੇਬਿਲਟੀ ਨਹੀਂ ਹੈ, ਠੀਕ ਹੈ, ਕਿ ਇਹਦਾ ਜਿਹੜਾ
ਕਿਸੇ ਤਰੀਕੇ ਨਾਲ ਕੁਝ ਹੋਏਗਾ। ਚਲੋ ਮੈਂ ਇਸ ਸਵਾਲ ਤੇ ਵਾਪਸ ਆਊਂਗਾ ਸਰ, ਇੱਕ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆ ਕੇ ਸਿਆਸਤ ਤੋਂ ਵੀ ਸਮਝਣਾ ਕਿ ਸਿਆਸਤ ਸੁਪਰ ਹਿੱਟ ਕਿਉਂ ਹੋ ਜਾਂਦੀ ਹੈ ਜਦੋਂ ਟੂਲ ਕਿੱਟ ਦੀ ਗੱਲ ਹੁੰਦੀ ਹੈ। ਪਰ ਸਵਾਲ ਇਹ ਵੀ ਬੜਾ ਮਹੱਤਵਪੂਰਨ ਹੈ, SFJ ਤੋਂ PGF ਤੱਕ ਅਸਲ ਵਿੱਚ ਕਿਹੜੀ ਕਿੱਟ ਦੇ ਟੂਲ ਨੇ? ਜੇ ਇਹਨਾਂ ਨੂੰ ਨਹੀਂ ਸਮਝੋਗੇ ਨਾ ਤੁਹਾਨੂੰ ਰੂਲ ਸਮਝ ਆਉਣੇ ਨਾ ਤੁਹਾਨੂੰ ਅਸੂਲ ਸਮਝ ਆਉਣੇ। ਵਾਪਸ ਆ ਰਿਹਾ ਅਤੇ ਵੱਡਾ ਸਵਾਲ ਇੱਕੋ ਪੁੱਛ ਰਿਹਾ ਸੀ ਕਿ ਟੂਲ ਕਿੱਟ ਵਾਲੀ ਸਾਜ਼ ਦੀ ਤੁਰੀ ਨਾਲ ਕਿਸਾਨ ਅੰਦੋਲਨ ਮੱਠਾ ਪੈ ਜਾਵੇਗਾ। ਹਰਜੀਤ ਸਿੰਘ ਕਿੰਗਰਾ, ਤੁਸੀਂ ਤਾਂ ਵਿਰੋਧ ਕਰਨ ਲਈ ਵਿਰੋਧ ਕਰਨਾ, ਤੁਹਾਡੇ ਬਾਰੇ ਭਾਰਤੀ ਜਨਤਾ ਪਾਰਟੀ ਇਹ ਗੱਲ ਕਹਿੰਦੀ ਕਿੰਗਰਾ ਸਾਹਿਬ, ਕਿੰਗਰਾ ਸਾਹਿਬ ਪਰ ਜਿਸ ਤਰੀਕੇ ਨਾਲ ਤੁਹਾਡੇ ਕੁਝ ਲੀਡਰਾਂ ਨੇ ਇਹ ਟਵੀਟ ਕੀਤੇ ਆ ਕਿ ਜੇ ਇੱਕ 22 ਸਾਲ ਦੀ ਕੁੜੀ ਦੇ ਇੱਕ ਟਵੀਟ ਦੇ ਨਾਲ ਸਾਡਾ ਡੈਮੋਕ੍ਰੇਸੀ ਸਾਡੀ ਖਤਰੇ 'ਚ ਪੈ ਰਹੀ ਹੈ ਤਾਂ ਇਹਦਾ ਮਤਲਬ ਸਾਡੀ ਬੁਨਿਆਦ ਬੜੀ ਕਮਜ਼ੋਰ ਹੈ। ਕਿੰਗਰਾ ਸਾਹਿਬ ਇਹ ਕਿਉਂ ਕਹਿਣਾ ਪੈ ਰਿਹਾ ਤੁਹਾਨੂੰ? ਕਿਉਂਕਿ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਲੀਅਰ ਕਰ ਦੇਣਾ ਚਾਹੁੰਦਾ ਹਾਂ ਕਿ ਜੇ ਭਾਰਤ ਦੇ ਵਿੱਚ ਜਾਂ ਭਾਰਤ ਤੋਂ ਬਾਹਰ ਕਿਤੇ ਵੀ ਕੋਈ ਦੇਸ਼ ਵਿਰੋਧੀ ਤਾਕਤਾਂ ਕੰਮ ਕਰਦੀਆਂ ਨੇ ਤਾਂ ਕਾਂਗਰਸ ਪਾਰਟੀ ਉਹਨਾਂ ਦੀ ਸਖ਼ਤ ਨਿਖੇਧੀ ਕਰਦੀ ਹੈ ਅਤੇ ਉਹਨਾਂ ਦੇ ਹਮੇਸ਼ਾ ਕਾਂਗਰਸ ਪਾਰਟੀ ਖੁੱਲ੍ਹ ਕੇ ਉਲਟ ਬੋਲਦੀ ਰਹੀ ਹੈ ਅਤੇ ਬੋਲਦੀ ਰਹੇਗੀ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਅਸੀਂ ਨਹੀਂ ਟੋਲਰੇਟ ਕਰ ਸਕਦੇ ਕਿ ਸਾਡੇ ਦੇਸ਼ ਵਿਰੋਧੀ ਤਾਕਤ ਕਿਤੇ ਵੀ ਕੋਈ ਸਿਰ ਚੱਕੇ। ਹੁਣ ਆ ਗਈ ਗੱਲ ਬਾਕੀ ਦੀ। ਇੱਕ ਕੋਟਕਪੂਰੇ ਦੇ ਵਿੱਚ ਦੁਕਾਨਾਂ ਹੈਗੀਆਂ, ਜਦੋਂ ਬੱਸ ਸਟੈਂਡ ਤੋਂ ਤੁਸੀਂ ਜਾਂਦੇ ਹੋ KP, ਉਹ ਕਈਆਂ ਵੀ ਬਣਾਉਂਦੇ ਆ, ਉਹ ਗੰਡਾਸੇ ਵੀ ਬਣਾਉਂਦੇ ਆ, ਉਹ ਕਾਪੇ ਵੀ ਬਣਾਉਂਦੇ ਆ, ਤੇ ਜੇ ਕੱਲ ਨੂੰ ਕੋਈ ਜਾ ਕੇ ਉਹਨਾਂ ਤੋਂ ਕਈ ਖਰੀਦ ਕੇ ਤੇ ਕਿਸੇ ਦਾ ਸਿਰ ਵੱਢ ਦੇ ਤੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਕਈਆਂ ਚੋਂ ਬਣਾਉਣਾ ਤੂੰ, ਉਹਨੇ ਤਾਂ ਕਈ ਪਾਣੀ ਲਾਉਣ ਵਾਸਤੇ ਬਣਾਈ, ਕਿਸੇ ਨੇ ਉਹਦਾ ਸਿਰ ਵੱਢਦਾ। ਸੋ ਇਹ ਜਿਹੜਾ ਸੋਸ਼ਲ ਮੀਡੀਆ ਹੈ ਇਹ ਕਿਸੇ ਕਾਰਨ ਕਰਕੇ ਇਜਾਦ ਹੋਇਆ ਸੀ। ਤੁਹਾਨੂੰ ਯਾਦ ਹੋਣਾ BJP ਦੇ ਮੰਤਰੀਆਂ ਨੂੰ ਇੱਕ ਟੂਲ ਕਿੱਟ ਉੱਥੇ ਵੀ ਹੈ, BJP ਦੇ ਦਫ਼ਤਰ ਦੇ ਵਿੱਚ ਵੀ ਇੱਕ ਟੂਲ ਕਿੱਟ ਤਿਆਰ ਹੈ ਵੀ ਤੁਸੀਂ ਕਿਵੇਂ ਸੋਸ਼ਲ ਮੀਡੀਆ ਤੇ ਜਿਹੜਾ ਕਿਸੇ ਚੀਜ਼ ਨੂੰ ਵਾਇਰਲ ਕਰਨਾ ਹੈ ਉਹਦੀਆਂ ਸਪੈਸ਼ਲ ਇੰਸਟਰਕਸ਼ਨਾਂ ਹੈ। ਤੁਹਾਨੂੰ ਯਾਦ ਹੋਣਾ ਕਿਸੇ ਨੇ ਇੱਕ ਬਹੁਤ ਵਧੀਆ ਟਵੀਟ ਚੰਗੀ ਭਲੀ ਅੰਗਰੇਜ਼ੀ ਚ ਲਿਖ ਕੇ ਬਣਾਤਾ ਸੀ ਤੇ BJP ਦੇ ਸਾਰੇ ਮੰਤਰੀਆਂ ਨੇ ਉਹਨੂੰ ਰੀਟਵੀਟ ਕਰਤਾ ਸੀ, ਯਾਦ ਹੈ ਤੁਹਾਨੂੰ? ਉਹ ਇਹ ਟੂਲ ਕਿੱਟ ਦਾ ਇਹ ਫੰਕਸ਼ਨ ਹੁੰਦਾ ਹੈਗਾ। ਸੋ ਇਸ ਕਰਕੇ ਇਹ ਸੋਸ਼ਲ ਮੀਡੀਆ ਦੀ ਇਲ ਹੈ, ਜਿਹੜਾ ਅਬਿਊਜ਼ ਹੈ ਸੋਸ਼ਲ ਮੀਡੀਆ ਦਾ ਉਹਦਾ ਇਫੈਕਟ ਹੈ ਸਾਰਾ। ਬਾਕੀ ਗ੍ਰੈਟਾ ਦੀ ਜਿੱਥੇ ਤੱਕ ਗੱਲ ਹੈ ਨਾ, ਉਹ ਕੁੜੀ ਜਿਹੜੀ ਹੈ ਨਾ, ਜੇ ਫਰਜ਼ ਕਰ ਲਓ ਵੀ ਇੱਥੇ ਕੋਈ ਹਿਊਮਨ ਰਾਈਟਸ ਦਾ ਵਾਇਲੇਸ਼ਨ ਹੁੰਦਾ, ਕੋਈ ਪਾਕਿਸਤਾਨ 'ਚ ਹਿਊਮਨ ਰਾਈਟਸ ਦਾ ਵਾਇਲੇਸ਼ਨ ਹੁੰਦਾ, ਕੋਈ ਇਰਾਨ ਦੇ ਵਿੱਚ ਹੁੰਦਾ, ਕੋਈ ਅਮਰੀਕਾ ਦੇ ਵਿੱਚ ਹੁੰਦਾ, ਉਹ ਗ੍ਰੈਟਾ ਤਾਂ ਵਿਚਾਰੀ ਇਹ ਕਹਿੰਦੀ ਹੈ ਕਿ ਬਚਾਓ ਧਰਤੀ ਜੇ ਬਚਾਉਣੀ ਹੈ ਤਾਂ, ਤੇ ਧਰਤੀ ਬਚਾਉਣ ਵਾਸਤੇ ਕਿਸਾਨਾਂ ਦਾ ਬਚਣਾ ਵੀ ਬਹੁਤ ਜ਼ਰੂਰੀ ਹੈ। ਤੇ ਜੇ ਗ੍ਰੈਟਾ ਨੇ ਕਹਿਤਾ ਵੀ ਕਿਸਾਨਾਂ ਦੀ ਜਿਹੜੀ ਹੈ, ਉਹ ਗ੍ਰੈਟਾ ਨੇ ਤਾਂ ਨਹੀਂ ਕਿਹਾ ਵੀ ਤੁਸੀਂ ਅੰਬੈਸੀਆਂ ਤੇ ਅਟੈਕ ਕਰੋ, ਮੈਂ ਦਾਅਵੇ ਨਾਲ ਕਹਿ ਸਕਦਾ ਗ੍ਰੈਟਾ ਨਹੀਂ ਕਰ ਸਕਦੀ ਇਸ ਨੂੰ ਕਦੇ ਵੀ ਟਵੀਟ, ਕਦੇ ਨਹੀਂ ਕਰ ਸਕਦੀ ਉਹ, ਗ੍ਰੈਟਾ ਕਦੇ ਨਹੀਂ ਟਵੀਟ ਕਰ ਸਕਦੀ ਹੈ ਤੁਸੀਂ ਤੋੜਫੋੜ ਕਰੋ ਦੇਸ਼ਾਂ ਦੇ ਵਿੱਚ। ਉਹ ਤਾਂ ਕਹਿੰਦੀ ਹੈ ਕਿ ਜੇ ਡੈਮੋਕ੍ਰੇਸੀ ਦੇ ਵਿੱਚ ਕੁਝ ਲੋਕ ਅੰਦੋਲਨ ਕਰ ਰਹੇ ਹੈ ਤਾਂ ਉਹਨਾਂ ਦਾ ਅੰਦੋਲਨ ਜਾਇਜ਼ ਹੈ। ਕਿੰਗਰਾ ਸਾਹਿਬ, ਕਿੰਗਰਾ ਸਾਹਿਬ, ਕਿੰਗਰਾ ਸਾਹਿਬ, ਕਿੰਗਰਾ ਸਾਹਿਬ ਕਿਤੇ ਤਾਂ ਨਹੀਂ, ਕਿਤੇ ਤਾਂ ਨਹੀਂ, ਕਿੰਗਰਾ ਸਾਹਿਬ ਦੇਖੋ ਮੇਰੀ ਗੱਲ ਸੁਣੋ, ਟੂਲ ਕਿੱਟ ਦੇ ਵਿੱਚ ਪਿਸਤੌਲ ਵੀ ਹੈ, ਟੂਲ ਕਿੱਟ ਦੇ ਵਿੱਚ ਬਹੁਤ ਕੁਝ ਹੈ, ਤੇ ਮੈਂ ਕੱਲੀ ਇੱਕੋ ਗੱਲ ਕਰਦਾ ਕਿ ਭਾਈ ਸ਼ਾਂਤੀ ਨਾਲ ਰਹੋ, ਉਹ ਟੂਲ ਕਿੱਟ ਦੇ ਵਿੱਚ ਤੁਸੀਂ ਕਹੋ ਵੀ ਟੂਲ ਕਿੱਟ ਕਿੰਗਰੇ ਨੇ ਵਰਤੀ ਹੈ, ਉਹ ਭਲੇ ਮਾਨਸੋ ਮੈਂ ਟੂਲ ਕਿੱਟ ਵਰਤੀ, ਪਰ ਉਹ 'ਚ ਮੈਂ ਤਾਂ ਇਹ ਕੱਢਿਆ ਵੀ ਸ਼ਾਂਤੀ ਨਾਲ ਰਹੋ, ਮੈਂ ਤਾਂ ਨਹੀਂ ਉਹ 'ਚ ਪਿਸਤੌਲ ਕੱਢਿਆ, ਮੈਂ ਉਸ ਟੂਲ ਕਿੱਟ 'ਚ ਗੰਡਾਸਾ ਤਾਂ ਨਹੀਂ ਚੱਕਿਆ। ਕਿੰਗਰਾ ਸਾਹਿਬ, ਕਿੰਗਰਾ ਸਾਹਿਬ ਕਿਤੇ ਤਾਂ ਨਹੀਂ, ਕਿੰਗਰਾ ਸਾਹਿਬ, ਦੇਸ਼ ਨੂੰ, ਕਿੰਗਰਾ ਸਾਹਿਬ ਮੇਰੀ ਆਵਾਜ਼ ਪਹੁੰਚ ਰਹੀ ਸਰ, ਦੇਸ਼ ਵਿਰੋਧੀ ਤਾਕਤਾਂ ਦੇ ਉਲਟ ਲੜਨਾ ਚਾਹੀਦਾ ਹੈ, ਲੜਨਾ ਚਾਹੀਦਾ। ਕਿੰਗਰਾ ਸਾਹਿਬ ਇਹੋ ਜਿਹੀ ਤਿਆਰੀ ਕਰਨੀਆਂ ਚਾਹੀਦੀ ਹੈ ਕਿ 21 ਸਾਲ ਦੀ ਕੁੜੀ ਭਾਰਤ ਦੀ ਸਰਕਾਰ ਨੂੰ ਹਿਲਾ ਦੂਗੀ। ਕਿੰਗਰਾ ਸਾਹਿਬ, ਕਿੰਗਰਾ ਸਾਹਿਬ, ਕਿੰਗਰਾ ਸਾਹਿਬ ਕਿਤੇ ਇਉਂ ਤਾਂ ਨਹੀਂ ਗਾ ਕਿ ਗ੍ਰੇਟਾ ਦੇ ਕੋਲੇ ਪਹੁੰਚਾ ਨਹੀਂ ਜਾ ਸਕਦਾ ਸੀ ਤੇ ਦਿਸ਼ਾ ਨੂੰ ਦਿਸ਼ਾ ਤੇ ਕੇਸ ਦਰਜ ਕਰ ਦਈਏ, ਦਿਸ਼ਾ ਨੂੰ ਫੜ ਲਈਏ? ਨਹੀਂ ਦੇਖੋ ਭਾਈ ਮੇਰੀ ਗੱਲ ਸੁਣੋ, ਦਿਸ਼ਾ ਨੂੰ ਮੈਂ ਦਾਅਵੇ ਨਾ ਕਹਿ ਸਕਦਾ, ਜਿਹੜੇ ਬੰਦੇ ਉਹਨਾਂ ਥਾਵਾਂ ਤੇ, ਉਹਨਾਂ ਨੂੰ ਪਤਾ ਵੀ ਨਹੀਂ ਹੋਣਾ ਵੀ ਖਾਲਿਸਤਾਨ ਤੇ ਬਹਿਣੇਗੀ ਤੇ ਖਾਲਿਸਤਾਨ ਦਾ ਮਤਲਬ ਕੀ ਹੈ, ਉਹ ਤਾਂ ਵਿਚਾਰੇ ਟੈਕਨੀਕਲ ਬੰਦੇ ਹੋਣੇ ਆ, ਉਹਨਾਂ ਨੇ ਟੈਕਨੀਕਲ ਬੰਦਿਆਂ ਨੇ ਟੈਕਨੀਕਲ ਗੱਲਾਂ ਕਰਦੇ ਹੋਣ, ਕਿਸੇ ਨੇ ਕਹਿਣਾ ਸਾਡੀ ਟੂਲ ਕਿੱਟਾ ਭਾਈ ਉਹਨੂੰ ਕਿਵੇਂ ਸਪਰੈਡ ਕਰੀਏ, ਉਹਨਾਂ ਨੇ ਕਿਹਾ ਐਂ ਸਪਰੈਡ ਕਰ ਦਿਓ, ਉਹਨਾਂ ਨੇ ਵਿਚਾਰੇ ਨੇ, ਮੈਂ ਦਾਅਵੇ ਨਾ ਕਹਿ ਸਕਦਾ ਉਹਨਾਂ ਦਾ ਕੀ, ਜਾਂ ਉਹਨਾਂ ਨੂੰ 4 ਪੈਸੇ ਦੇ ਦੇਣੇ ਵੀ ਤੁਹਾਨੂੰ ਅਸੀਂ ਕੰਸਲਟੈਂਟ ਅਪਾਇੰਟ ਕਰਦੇ ਇੰਨੇ ਪੈਸੇ ਦੇ ਦੇਵਾਂਗੇ। ਠੀਕ ਮੈਨੂੰ ਹੁਣ ਕੋਈ ਕਹਿ ਦੇ ਵੀ ਤੂੰ ਆਹ ਥੈਲਾ ਲਿਜਾ ਕੇ ਉੱਥੇ ਲੈ ਜਾ, ਮੈਂ ਕਮਲਾ ਆਦਮੀ ਪੈਸੇ ਦੀ ਖਾਤਰ ਥੈਲਾ ਲੈ ਜਾ, ਥੈਲੇ ਦੇ ਕੇ 47 ਹੋਣ ਤੇ ਸ਼ਸ਼ੀ ਕਾਂਤ ਜੀ ਮੇਰੇ ਹੱਥ ਖੜੀ ਲਾ ਲੈਣ, ਇਹ ਵੱਖਰੀ ਗੱਲ ਹੈ ਕਿ ਮੇਰਾ ਵੀ ਕਸੂਰ ਹੈ, ਮੈਨੂੰ ਚਾਹੀਦਾ ਸੀ ਥੈਲਾ ਵੇਖਣਾ, ਪਰ ਮੇਰੀ ਇਗਨੋਰੈਂਸ ਵੀ ਤਾਂ ਕੋਈ ਗੱਲ ਹੋ ਸਕਦੀ ਹੈ ਕਿਤੇ। ਠੀਕ ਮਨਜਿੰਦਰ ਸਿੰਘ ਬੁੱਲਰ, ਤੁਹਾਡਾ ਟੇਕ ਕੀ ਹੈ ਇਸ ਤੇ ਟੂਲ ਕਿੱਟ ਵਾਲੇ ਸਾਰੇ ਤੇ ਐਪੀਸੋਡ ਤੇ? KP ਜੀ ਮੈਂ ਥੋੜਾ ਜਿਹਾ ਹੋਰ ਜ਼ਾਵੀਏ ਤੋਂ ਫਰਮ ਅ ਡਿਫਰੈਂਟ ਐਂਗਲ ਇਹਨੂੰ ਦੇਖਦਾ। ਪਹਿਲੀ ਗੱਲ ਤੇ ਇਹ ਹੈ, ਜਿਹੜਾ ਦਿਸ਼ਾ ਔਰ ਨਿਕਿਤਾ ਤੇ ਸ਼ਾਂਤਨੂ ਤੇ ਇਲਜ਼ਾਮ ਹੈ, ਉਹ ਹੈ ਕਿ ਦੇ ਹੈਵ ਬੀਨ ਐਡਿਟਡ ਦੈਟ ਟੂਲ ਕਿੱਟ, ਕਿ ਉਹਦੇ 'ਚ ਐਡਿਟ ਕੀਤਾ ਵਾ। ਔਰ ਮੈਂ ਹੈਰਾਨ ਹਾਂ ਕਿ ਆਨਰੇਬਲ ਕੋਰਟ ਨੇ 5 ਦਿਨ ਦਾ ਪੁਲਿਸ ਰਿਮਾਂਡ ਦੇਤਾ 21 ਸਾਲ ਦੀ ਕੁੜੀ ਦਾ। ਔਰ ਜਿਹੜਾ ਮੇਰਾ ਮੈਂ ਜਿਹੜਾ ਤੁਹਾਨੂੰ ਦੱਸਿਆ ਕਿ ਇੱਕ ਡਿਫਰੈਂਟ ਜ਼ਾਵੀਏ ਤੋਂ, ਇੱਕ ਹੋਰ ਐਂਗਲ ਤੋਂ, ਉਹ ਜਿਵੇਂ ਮੁਕਤਸਰ ਜਿਹਾ ਸ਼ਸ਼ੀਕਾਂਤ ਜੀ ਨੇ ਜਵਾਬ ਦਿੱਤਾ ਸੀ ਕਿ ਅੱਜ LPG ਦਾ ਸਿਲੰਡਰ ਹੈ ਜਿਹੜਾ ਉਹ 50-60 ਰੁਪਏ ਹੋਰ
ਜਿਹੜਾ ਸਰਕਾਰ ਦੀ ਨਾਕਾਮੀ ਔਰ ਇਨਕੰਪੀਟੈਂਸ ਆ ਕਿ 82 ਦਿਨਾਂ ਤੋਂ ਕਿਸਾਨ ਉੱਥੇ ਬੈਠੇ ਆ ਔਰ ਗਵਰਨਮੈਂਟ ਦੇਖੋ ਪਹਿਲੇ 70 ਦਿਨ ਤੇ ਸਰਕਾਰ ਜਮਾ ਹੀ ਫੇਲ ਹੋ ਗਈ 10 ਗੇਟ ਦੀਆਂ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਐਂਡ ਆਫਟਰ ਦੈਟ ਜਦੋਂ ਰੈੱਡ ਫੋਰਟ ਇੰਸੀਡੈਂਟ ਹੁੰਦਾ ਤਾਂ ਗਵਰਨਮੈਂਟ ਜਿਹੜਾ ਗਵਰਨਮੈਂਟ ਦਾ ਕਮ ਬੈਕ ਹੁੰਦਾ ਉਸ ਅੰਦੋਲਨ ਦੇ ਵਿੱਚ ਉਹਨੂੰ ਕਰਬ ਕਰਨ ਵਾਸਤੇ ਸੋ ਇਹ ਦੋ ਧਾਰੀ ਤਲਵਾਰ ਹੈ ਇੱਕ ਤੇ ਅੰਦੋਲਨ ਤੋਂ ਜਿਹੜਾ ਇੰਟਰਨੈਸ਼ਨਲੀ ਮੀਡੀਆ ਹੈਗਾ ਕੌਮਾਂਤਰੀ ਪੱਧਰ ਦੇ ਉੱਤੇ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਔਰ ਦੂਸਰਾ ਜਿਹੜਾ ਹੈਗਾ ਜਿਹੜੀਆਂ ਜਿਹੜੀ ਇਨਫਲੇਸ਼ਨ ਦਾ ਤੁਸੀਂ ਰੇਟ ਦੇਖੋ ਮਹਿੰਗਾਈ ਕਿੱਥੇ ਪਹੁੰਚ ਗਈ ਹੈ ਉਹਨਾਂ ਸਾਰੀਆਂ ਚੀਜ਼ਾਂ ਤੋਂ ਮੁਹਾਸ ਮੋੜਨ ਵਾਸਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਵਾ ਜਿਵੇਂ ਕੰਗਰਾ ਸਾਹਿਬ ਨੇ ਕਿਹਾ ਕਿ ਇੱਕ ਟੂਲ ਕਿੱਟ ਬੀਜੇਪੀ ਦੇ ਦਫ਼ਤਰ 'ਚ ਵੀ ਪਈ ਹੈ ਉਹਦਾ ਜਿਹੜੀ ਦੁਰਵਰਤੋਂ ਕੀਤੀ ਜਾ ਰਹੀ ਹੈ ਨਹੀਂ ਮਨਜਿੰਦਰ ਸਿੰਘ ਭੁੱਲਰ ਤੁਸੀਂ ਪੁਆਇੰਟ ਬੜਾ ਅੱਛਾ ਚੱਕਿਆ 'ਚ ਮੈਨੂੰ ਕੋਈ ਸ਼ੱਕ ਨਹੀਂ ਗਾ ਪਰ ਮਨਜਿੰਦਰ ਸਿੰਘ ਭੁੱਲਰ ਇਹ ਬੜਾ ਸੀਰੀਅਸ ਪੁਆਇੰਟ ਹੈਗਾ ਕਿ ਤੁਹਾਨੂੰ ਸਾਨੂੰ ਸਾਰਿਆਂ ਨੂੰ ਖਾਲਿਸਤਾਨੀ ਸਰ ਨਾਮ ਦਿੱਤਾ ਜਾ ਰਿਹਾ ਮਨਜਿੰਦਰ ਸਿੰਘ ਭੁੱਲਰ ਇਸ ਨੂੰ ਡਰਾਈ ਨਹੀਂ ਕੀਤਾ ਜਾ ਸਕਦਾ ਗਾ ਪੰਜਾਬ ਦੀ ਜਵਾਨੀ ਨੂੰ ਦੇਸ਼ ਦੀ ਜਵਾਨੀ ਨੂੰ ਉਸ ਕਟਹਿਰੇ 'ਚ ਖੜਾ ਕੀਤਾ ਜਾ ਰਿਹਾ ਜਿਹਦੇ ਨਾਲ ਦੇਸ਼ ਦੀ ਜਵਾਨੀ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਮਨਜਿੰਦਰ ਸਿੰਘ ਭੁੱਲਰ ਤੁਹਾਨੂੰ ਪਤਾ ਖਾਲਿਸਤਾਨ ਕੀ ਹੈਗਾ ਕੇਪੀ ਜੀ ਐਕਸਟ੍ਰਾਡੀਸ਼ਨ ਟ੍ਰੀਟੀ ਬਾਰੇ ਤੁਸੀਂ ਪੜ੍ਹਿਆ ਹੋਣਾ ਕਿ ਕੇਂਦਰ ਸਰਕਾਰ ਕੋਲੇ ਤਾਕਤ ਆ ਕਿ ਦੇ ਕੈਨ ਐਕਸਟ੍ਰਾਡਾਈਟ ਅਬੂ ਸਲੇਮ ਨੂੰ ਜਦੋਂ ਲੈ ਕੇ ਆਏ ਸੀ ਤੇ ਪੰਨੂ ਨੂੰ ਲੈ ਆਉਣ ਇੰਗਲੈਂਡ ਤੋਂ ਕੈਨੇਡਾ ਤੋਂ ਜਿੱਥੇ ਵੀ ਉਹ ਰਹਿੰਦਾ ਅਗਰ ਇਹਨਾਂ ਨੂੰ ਇੰਨਾ ਹੀ ਖਤਰਾ ਐਸਐਫਜੇ ਤੋਂ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਵੀ ਬੈਠੇ ਨੇ ਸਮਾਜ ਸੇਵਕ ਵੀ ਬੈਠੇ ਨੇ ਸਾਬਕਾ ਅਧਿਕਾਰੀ ਬੈਠੇ ਤੁਸੀਂ ਉਹ ਸਾਡੇ ਚੋਂ ਤਾਂ ਕੋਈ ਵੀ ਖਾਲਿਸਤਾਨ ਦਾ ਸਮਰਥਕ ਨਹੀਂ ਤੇ ਸਰਕਾਰ ਪੰਨੂ ਨੂੰ ਲਿਆਵੇ ਐਕਸਟ੍ਰਾਡਿਟ ਕਰਕੇ ਉਹਨੂੰ ਜਿਹੜਾ ਹੈਗਾ ਇੰਟਰੋਗੇਟ ਕਰੇ ਇਸ ਤਰ੍ਹਾਂ ਦੀਆਂ ਜਿਹੜੀਆਂ ਤਿਕੜਮਬਾਜ਼ੀਆਂ ਕਰਕੇ ਆਮ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਠੀਕ ਠੀਕ ਹੈ ਬਾਠ ਸਾਹਿਬ ਮੈਨੂੰ ਇੱਕ ਛੋਟਾ ਨੁਕਤਾ ਸਮਝਾ ਦਿਓ ਬਾਠ ਸਾਹਿਬ ਆ ਟੂਲ ਕਿੱਟ ਜੇ ਮੇਰੇ ਕੋਲ ਪਈ ਆ ਮੈਂ ਟੂਲ ਕਿੱਟ ਦੇ ਨਾਲ ਤੁਸੀਂ ਮੈਨੂੰ ਫੜ ਲਿਆ ਅਤੇ ਜਾਂ ਮੈਂ ਉਹ ਸੋਸ਼ਲ ਮੀਡੀਆ 'ਤੇ ਪਾਤੀ ਬਾਠ ਸਾਹਿਬ ਉੱਥੇ ਜਦੋਂ ਅਦਾਲਤ ਵਿੱਚ ਇਹ ਕੇਸ ਜਾਊਗਾ ਟੂਲ ਕਿੱਟ ਅੱਗੇ ਰੱਖੀ ਜਾਊਗੀ ਪਰ 6 ਪੰਨੇ ਹੈਗੇ ਆ ਜੀ ਜੱਜ ਸਾਹਿਬ ਕੀ ਕਹਿਣਗੇ ਦੇਖੋ ਜੀ ਇਹ ਜਿਹੜੀ ਗੱਲ ਹੈ ਨਾ ਬਿਲਕੁਲ ਜਿਹੜਾ ਵਾ ਜਦੋਂ ਵੀ ਕਿਤੇ ਕੋਰਟ ਦੇ ਵਿੱਚ ਪਹਿਲੀ ਗੱਲ ਤਾਂ ਮੈਂ ਕਲੀਅਰ ਹੈ ਜੋ ਮੇਰੀ ਅੰਡਰਸਟੈਂਡਿੰਗ ਲਾ ਕਾਨੂੰਨ ਦੇ ਬਾਰੇ ਹੈ ਜੋ ਮੇਰੀ ਜਾਣਕਾਰੀ ਹੈ ਜੋ ਮੇਰਾ ਤਜਰਬਾ ਇਹ ਕੇਸ ਜਿਹੜਾ ਵਾ ਕਿਤੇ ਵੀ ਅਦਾਲਤ ਦੇ ਵਿੱਚ ਸਸਟੇਨ ਨਹੀਂ ਕਰ ਸਕਦਾ ਕਿਤੇ ਵੀ ਖੜ ਨਹੀਂ ਸਕਦਾ ਇਹਦੇ ਵਿੱਚ ਕੋਈ ਨਹੀਂ ਹੈ ਪਹਿਲੀ ਗੱਲ ਜਿਹੜੀ ਹੈ ਜਦੋਂ ਤੂੰ ਕੋਈ ਵੀ ਜਿਹੜਾ ਕ੍ਰਿਮੀਨਲ ਐਕਟ ਹੈ ਉਹਦੇ ਵਿੱਚ ਤੁਹਾਡਾ ਮੋਟਿਵ ਹੋਣਾ ਚਾਹੀਦਾ ਕਿ ਉਹਦਾ ਮੋਟਿਵ ਇਸ ਗੱਲ ਦੇ ਲਈ ਸੀ ਕਿ ਉਹ ਚਾਹੁੰਦਾ ਸੀ ਕਿ ਮੈਂ ਕ੍ਰਾਈਮ ਜਿਹੜਾ ਵਾ ਉਹ ਕਮਿਟ ਕਰਨਾ ਜਾਂ ਅਣਜਾਣੇ ਦੇ ਵਿੱਚ ਜਾਂ ਜਿਹੜਾ ਵਾ ਉਹ ਇਨੋਸੈਂਸ ਦੇ ਵਿੱਚ ਜਿਹੜਾ ਵਾ ਉਹ ਚੀਜ਼ ਹੋਈ ਉਹਦੇ ਤੋਂ ਇਸ ਗੱਲ ਦੇ ਪਿੱਛੇ ਮੈਂ ਬਿਲਕੁਲ ਸਹਿਮਤ ਹਾਂ ਭੁੱਲਰ ਸਾਹਿਬ ਦੇ ਨਾਲ ਕਿ ਜਿਹੜਾ 5 ਦਿਨ ਦਾ ਰਿਮਾਂਡ ਹੈ ਰਿਮਾਂਡ ਦੇ ਵਿੱਚ ਜਿਹੜੀ ਹੈ ਸਭ ਤੋਂ ਪਹਿਲੀ ਗੱਲ ਹੁੰਦੀ ਹੈ ਕਿ ਤੁਸੀਂ ਕੀ ਰਿਕਵਰੀ ਕਰਨੀ ਹੈ ਕੀ ਰਿਕਵਰੀ ਕਰਨੀ ਹੈ ਕੀ ਇਹੋ ਜਿਹਾ ਕੋਈ ਹਥਿਆਰ ਹੈ ਜਿਹਦੇ ਜਿਹੜਾ ਉਹਨਾਂ ਨੇ ਵਰਤਿਆ ਪਿਸਤੌਲ ਹੈ ਕਿਰਪਾਨ ਹੈ ਕੀ ਹੈ ਜਿਹੜਾ ਤੁਸੀਂ ਰਿਕਵਰ ਕਰਨਾ ਉੱਥੇ ਜਿਹੜਾ ਵਾ ਉਹਨਾਂ ਨੇ ਜਿਹੜਾ ਵਾ ਫੋਨ ਲੈ ਲਿਆ ਉਹਨਾਂ ਤੋਂ ਰਿਕਵਰੀ ਕਰਨ ਲਈ ਜਿਹੜਾ ਫੋਨ ਜਿਹੜਾ ਅਲੈਜੀਡਲੀ ਜਿਹੜਾ ਯੂਜ਼ ਕੀਤਾ ਗਿਆ ਉਹਦੇ ਵਿੱਚ ਦੇਖ ਲੈਣਗੇ ਐਕਸਪਰਟ ਕਿ ਕੀ ਹੈ ਕੀ ਨਹੀਂ ਹੈ ਇਸ ਕਰਕੇ ਮੈਂ ਜਿਹੜੀ ਮੈਂ ਸਮਝਦਾ ਕਿ ਜਿਵੇਂ ਪਹਿਲਾਂ ਤੋਂ ਸ਼ੁਰੂ ਤੋਂ ਹੁੰਦਾ ਆ ਕਿ ਇੱਕ ਕੋਸ਼ਿਸ਼ ਹੈ ਗੌਰਮੈਂਟ ਦੀ ਮੈਨੂਪੁਲੇਟਡਲੀ ਇੱਕ ਕੋਸ਼ਿਸ਼ ਹੈ ਕਿ ਇਸ ਗੱਲ ਦੀ ਦਹਿਸ਼ਤ ਜਿਹੜੀ ਆ ਯੰਗਸਟਰ ਜਿਹੜਾ ਵਾ ਜਿਹੜਾ ਇਸ ਕਰ ਰਿਹਾ ਕੋਸ਼ਿਸ਼ ਉਹਦੇ ਉੱਤੇ ਇੱਕ ਦਹਿਸ਼ਤ ਟੈਰਰ ਕ੍ਰੀਏਟ ਕੀਤਾ ਜਾਵੇ ਕਿ ਦੇਖੋ ਜੇ ਤੁਸੀਂ ਇਹੋ ਜਿਹਾ ਕੁਝ ਕੀਤਾ ਤਾਂ ਜਿਹੜਾ ਵਾ ਤੁਹਾਡਾ ਵੀ ਇਹੀ ਅਸਰ ਹੋਏਗਾ ਭੁੱਲਰ ਸਾਹਿਬ ਨੇ ਬਿਲਕੁਲ ਗੱਲ ਕਹੀ ਹੈ ਕਿ ਜਿਹੜੇ ਉੱਥੇ IT ਸੈੱਲ ਦੇ ਵਿੱਚ ਬੀਜੇਪੀ ਦੇ ਜਿਹੜੇ ਆ ਉਹ ਡਜ਼ਨਸ ਆਫ ਬੰਦੇ ਜਿਹੜੇ ਬਿਠਾਏ ਇਸ ਗੱਲ ਲਈ ਸੈਂਕੜੇ ਬੰਦੇ ਬੈਠੇ ਆ ਪ੍ਰਚਾਰ ਕਰਨਾ ਨੂੰ ਸੱਚ ਬਣਾਉਣਾ ਇੱਕ ਝੂਠ ਨੂੰ 100 ਵਾਰ ਜਿਹੜਾ ਬੋਲ ਬੋਲ ਕੇ ਸੱਚ ਕਰਨਾ ਕੇਂਦਰ ਦਾ ਮੰਤਰੀ ਜਿਹੜਾ ਗੋਬਲ ਸੀ ਉਹ ਕਰਦਾ ਸੀ ਉਹਦੀ ਥਿਊਰੀ ਦੇ ਉੱਤੇ ਚੱਲ ਰਹੇ ਆ ਉਹਨਾਂ ਦੇ ਬਾਰੇ ਕੌਣ ਕੀ ਕਹੇਗਾ ਉਹਦੇ ਬਾਰੇ ਕੀ ਜਵਾਬ ਦੇ ਹੋਊਗੀ ਲਾਸਟਲੀ ਮੈਂ ਜਿਹੜੀ ਤੁਹਾਡੇ ਕੋਲੋਂ ਕਹਿਣਾ ਚਾਹੁੰਦਾ ਅੱਜ ਜਦੋਂ ਪ੍ਰੈਸ ਕਾਨਫਰੰਸ ਹੋਈ ਪੁਲਿਸ ਦੀ ਉਹਦੇ ਵਿੱਚ ਜਦੋਂ ਪੱਤਰਕਾਰਾਂ ਨੇ ਜਿਹੜੇ ਸਵਾਲ ਕੀਤੇ ਉਹਨਾਂ ਨੂੰ ਕਟਹਿਰੇ 'ਚ ਖੜਾ ਕੀਤਾ ਤਾਂ ਉਹਨਾਂ ਦਾ ਇੱਕ ਹੀ ਜਵਾਬ ਸੀ ਇਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਇਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਕੋਈ ਜਵਾਬ ਨਹੀਂ ਦੇ ਸਕੇ ਇਸ ਗੱਲ ਦਾ ਕਿ ਹਾਂ ਕੀ ਇਹਦੇ ਵਿੱਚ ਸੱਚ ਕੀ ਹੈ ਠੀਕ ਹੈ ਸ਼ਸ਼ੀ ਕਾਂਤ ਜੀ ਮੈਂ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਇੱਕ ਸਵਾਲ ਤੁਹਾਡੇ ਤੋਂ ਲੈਣਾ ਚਾਹੁੰਦਾ ਸ਼ਸ਼ੀ ਕਾਂਤ ਜੀ 26 ਜਨਵਰੀ ਦੀ ਟਰੈਕਟਰ ਪਰੇਡ ਨੂੰ ਲੈ ਕੇ ਸਭ ਕੁਝ ਕੀਤਾ ਜਾ ਰਿਹਾ ਉਹਦੀਆਂ ਕੜੀਆਂ ਜੋੜਨ ਦੀ ਕੋਸ਼ਿਸ਼ ਹੈ ਸ਼ਸ਼ੀ ਕਾਂਤ ਜੀ ਜਿਹੜੇ ਬੰਦੇ ਪਹਿਲਾਂ ਫੜੇ ਹੋਏ ਆ ਜੋ ਉਹਨਾਂ ਦੇ ਸਾਹਮਣੇ ਆ ਦਿਸ਼ਾ ਨੂੰ ਜਾਂ ਨਿਕਿਤਾ ਨੂੰ ਹਜੇ ਤਾਂ ਚਲੋ ਨਿਕਿਤਾ ਉੱਧਰ ਆਪਦੇ ਲੱਗੇ ਹੋਏ ਆ ਕਾਨੂੰਨੀ ਕਾਰਵਾਈਆਂ ਦੇ ਵਿੱਚ ਇਹਨਾਂ ਨੂੰ ਸਾਰਿਆਂ ਨੂੰ ਸਾਹਮਣੇ ਬਿਠਾਇਆ ਜਾਵੇ ਆਪਸ ਵਿੱਚ ਮੈਨੂੰ ਇਉਂ ਲੱਗਦਾ ਸ਼ਸ਼ੀ ਕਾਂਤ ਜਿੰਨੀ ਕੁ ਮੇਰੀ ਸਮਝ ਹੈ ਉਹ ਇੱਕ ਦੂਜੇ ਨੂੰ ਕਹਿਣਗੇ ਨਾ ਤਾਂ ਹੀ ਇੱਕ ਦੂਜੇ ਨੂੰ ਜਾਣਦੇ ਆ ਉਹ ਫਿਰ ਕਹਿਣਗੇ ਟੂਲ ਕਿੱਟ ਹੁੰਦੀ ਕੀ ਇੱਕ ਦੂਜੇ ਦੇ ਮੂੰਹ ਵੱਲ ਦੇਖਣਗੇ ਮੈਨੂੰ ਇਉਂ ਲੱਗਦਾ ਸ਼ਸ਼ੀ ਕਾਂਤ ਜੀ ਮੈਂ ਤੁਹਾਨੂੰ ਜਵਾਬ ਇਹਦਾ ਥੋੜ੍ਹਾ ਚੜ੍ਹੀ ਲਾਈਨ 'ਤੇ ਜਾ ਕੇ ਦੇਣਾ ਹੈਗਾ ਹੈ ਜੀ ਇੱਕ ਵਾਰੀ ਇੱਕ ਬਿੱਲੀ ਫੜੀ ਗਈ ਤੇ ਉਹਨੂੰ ਬਿੱਲੀ ਨੂੰ ਕਿਹਾ ਕਿ ਤੂੰ ਕਹਿ ਦੇ ਕਿ ਸ਼ੇਰ ਹੈਗਾ ਹੈ 2 ਦਿਨ ਬਾਅਦ ਬਿੱਲੀ ਜਿਹੜੀ ਹਵਾ ਲੱਤ ਤੋਂ ਨਿਕਲੀ ਉਹਨੇ ਕਿਹਾ ਮੈਂ ਸ਼ੇਰ ਹੈਗੀ ਹੈ ਮੈਨੂੰ ਖਾਣ ਦਾ ਪ੍ਰੋਗਰਾਮ ਸੀ ਇਹ ਹੁੰਦਾ ਹੈਗਾ ਜਦੋਂ ਇਹ ਮਿਲਦੇ ਹੈਗੇ ਨੇ ਰਿਮਾਂਡਸ ਪੁਲਿਸ ਦਾ ਆਮ ਤੌਰ 'ਤੇ ਹੁੰਦਾ ਹੈਗਾ ਜਿਹੜਾ ਕੁਛ ਕਹਾਣਾ ਹੈਗਾ
ਉਹਨੂੰ ਤੁਸੀਂ ਪ੍ਰੀਪੇਅਰ ਕਰੋ। ਹੋ ਸਕਦਾ ਉਹ ਤੇ ਜ਼ਵਾਰ ਇਹ ਹੋਏ ਉਹਦੇ ਤੇ ਕਿ ਹਾਂ ਉਹ ਲੇਡੀ ਜਿਹੜੀ ਹੈਗੀ ਹੈ ਬੰਦੇ ਜਿਹੜੇ ਹੈਗੇ ਨੇ ਖਾਲਿਸਤਾਨ ਦੇ ਨਾਲ ਸਿੱਧੇ ਲਿੰਕਡ ਅਪ ਹੈਗੇ ਨੇ। ਦਿਸ ਇਜ਼ ਵਟ ਆਈ ਹੈਵ ਸੀਨ ਆਮ ਤੌਰ ਤੇ ਜਿਹੜੇ ਰਿਮਾਂਡਸ ਵਗੈਰਾ ਲੈਂਦੇ ਉਹਨਾਂ 'ਚ ਇਹੀ ਹੁੰਦਾ ਹੈ। ਸਰ ਫਿਰ ਸ਼ਸ਼ੀ ਕਾਂਜੀ ਇੱਕ ਸਵਾਲ ਦਾ ਹੋਰ ਜਵਾਬ ਦਿਓ, ਤੁਸੀਂ ਬੜੇ ਸੌਖੇ ਸ਼ਬਦਾਂ ਨਾਲ ਸਮਝਾਇਆ। ਸਰ ਟੂਲ ਕਿੱਟ ਨੂੰ ਲੈ ਕੇ ਬਿੱਲੀਆਂ ਕਿਹੜੀਆਂ ਬਿੱਲੀਆਂ ਸ਼ੇਅਰ ਬਣ ਚੁੱਕੀਆਂ ਸਰ ਇਸ ਵੇਲੇ, ਉਹ ਵੀ ਦੱਸ ਦਿਓ। ਮੈਨੂੰ ਤਾਂ ਜਾਪਦਾ ਹੈਗਾ ਕਿ ਬਿੱਲੀ ਤੇ ਕੋਈ ਸ਼ੇਅਰ ਨਹੀਂ ਬਣੀ, ਬਿੱਲੀਆਂ ਹੋਰ ਬਣ ਗਈਆਂ ਹੈਗੀਆਂ ਨੇ, ਬਿਕੋਜ਼ ਜਿਹੜਾ ਇਨਵੈਸਟੀਗੇਸ਼ਨ ਹੈਗਾ ਸਾਰਾ ਗਲਤ ਦ੍ਰਿਸ਼ਟੀ 'ਚ ਆ ਰਿਹਾ ਹੈਗਾ। ਜੇ ਟੂਲ ਕਿੱਟ ਦੇ ਵਿੱਚ ਕਹਿੰਦੇ ਹੈਗੇ ਨੇ ਲਿੰਕਸ ਸੀ, ਕੀ ਟੂਲ ਕਿੱਟ ਨੂੰ ਕਿਸਾਨਾਂ ਦੇ ਐਜੀਟੇਸ਼ਨ ਦੇ ਨਾਲ ਜੋੜੇ ਜਾ ਸਕਾ? ਕੀ ਉਹਦੇ 'ਚ ਲਿਖਿਆ ਸੀ ਕਿ ਤੁਸੀਂ 26 ਜਨਵਰੀ ਨੂੰ ਜਾ ਕੇ ਲਾਲ ਕਿਲੇ 'ਚ ਵੜ ਜਾਓ? ਕੀ ਉਹਦੇ 'ਚ ਲਿਖਿਆ ਸੀ ਕਿ ਤੁਸੀਂ ਉੱਥੇ ਜਾ ਕਰਕੇ ਟ੍ਰਬਲ ਕ੍ਰੀਏਟ ਕਰੋ? ਉਹਦੇ 'ਚ ਨਹੀਂ ਲਿਖਿਆ ਹੈਗਾ। ਜਦੋਂ ਲਿੰਕਅਪ ਹੀ ਨਹੀਂ ਹੋ ਸਕਦਾ, ਮੈਂ ਨਹੀਂ ਸਮਝਦਾ। ਜਦੋਂ ਵਕੀਲ ਸਾਹਿਬ ਨੇ ਬਿਲਕੁਲ ਠੀਕ ਕਿਹਾ ਹੈਗਾ, ਮੈਨੂੰ ਨਹੀਂ ਜਾਪਦਾ ਲਿੰਕਅਪ। ਠੀਕ ਹੈ, ਇੱਕ ਛੋਟਾ ਜਿਹਾ ਹੋਰ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ। ਲਿੰਕ ਹੀ ਜੁੜਨੇ ਆ, ਪਰ ਲਿੰਕ ਦੇ ਵਿਚਾਲੇ ਕਿਤੇ ਖਾਲਿਸਤਾਨ ਦੀ ਗੱਲ ਕਰਦੇ ਕਰਦੇ ਖੇਤੀ ਕਾਨੂੰਨਾਂ ਨੂੰ ਨਾ ਭੁੱਲ ਜਾਓ। ਅਸਲ ਮੁੱਦਾ ਉਹ ਹੈ ਅਤੇ ਤੁਹਾਨੂੰ ਖਾਲਿਸਤਾਨ ਦੇ ਵਿੱਚ ਉਲਝਾਇਆ ਜਾਊਗਾ, ਤੁਹਾਨੂੰ ਦੱਸਿਆ ਕੁਛ ਹੋਰ ਜਾਊਗਾ, ਥਾਲੀ ਵਿੱਚ ਕੁਛ ਹੋਰ ਹੈ, ਤੁਹਾਨੂੰ ਦਿਖਾਇਆ ਕੁਛ ਹੋਰ ਜਾਊਗਾ। ਇੱਕ ਛੋਟਾ ਜਿਹਾ ਬ੍ਰੇਕ, ਬ੍ਰੇਕ ਤੋਂ ਵਾਪਸ ਆ ਰਹੇ ਹਾਂ। ਇਹ ਕੀ ਟੂਲ ਕਿੱਟ ਵਾਲੀ ਸਾਜਿਸ਼ ਥਿਊਰੀ ਨਾਲ ਕਿਸਾਨ ਵੱਲੋਂ ਮੱਠਾ ਪੈ ਜਾਵੇਗਾ। ਮਨਜਿੰਦਰ ਸਿੰਘ ਭੁੱਲਰ, ਤੁਸੀਂ ਤਾਂ ਖੇਤਾਂ ਦੇ ਬੜੇ ਨੇੜੇ ਹੋ, ਬਹੁਤ ਘੱਟ ਸਿਆਸਤਦਾਨ ਹੁੰਦੇ ਆ ਜਿਹੜੇ ਖੇਤਾਂ ਦੇ ਨੇੜੇ ਹੋਣ, ਅਤੇ ਜਦੋਂ ਕਿਸਾਨਾਂ ਕੋਲ ਜਾ ਕੇ ਟੂਲ ਕਿੱਟ ਵਾਲਾ ਸਵਾਲ ਕੀਤਾ ਜਾਊਗਾ, ਉਹ ਤਾਂ ਕਹਿਣਗੇ ਭਾਈ ਸਾਡੀ ਟਰੈਕਟਰ ਟਰਾਲੀ ਨਾਲ ਇੱਕ ਟੂਲ ਕਿੱਟ ਲੱਗੀ ਹੁੰਦੀ, ਸਾਨੂੰ ਹੋਰ ਟੂਲ ਕਿੱਟ ਦਾ ਤਾਂ ਪਤਾ ਨਹੀਂ। ਕੇਪੀ, ਪਰਸੈਪਸ਼ਨ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਨਾ, ਕਿਉਂਕਿ ਇੱਕ ਉਹ ਫਰੇਜ਼ ਆ ਬੜਾ ਪਿਆਰਾ ਕਿ ਪੋਲਿਟਿਕਸ ਇਜ਼ ਆਲ ਅਬਾਊਟ ਪਰਸੈਪਸ਼ਨ, ਕਿ ਕਿਸੇ ਨੂੰ ਉਹਨੂੰ ਇੱਕ ਲਕਬ ਦੇ ਦਿਓ, ਉਹਨੂੰ ਗਰਦਾਨ ਦਿਓ, ਇਹ ਬਹੁਤ ਇੰਟੈਲੀਜੈਂਟ ਹੈ, ਇਹ ਬਹੁਤ ਮੂਰਖ ਹੈ। ਜਿਵੇਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਹੁਣ ਦਾੜੀ ਵਧਾਈ ਰਹੀ ਹੈ, ਤੇ ਕੁਛ ਲੋਕਾਂ ਦਾ ਜ਼ੋਰ ਲੱਗਿਆ ਹੋਇਆ ਕਿ ਪਾਕਿਸਤਾਨ ਦਾੜੀ ਤੋਂ ਡਰ ਗਿਆ, ਹਾਲਾਂਕਿ ਪਾਕਿਸਤਾਨ ਇਨਫਿਲਟ੍ਰੇਟ ਕਰਕੇ ਚਾਈਨਾ ਕਿੱਥੋਂ ਤੱਕ ਆ ਗਿਆ। ਔਰ ਕੁਛ ਲੋਕਾਂ ਦਾ ਜ਼ੋਰ ਨਹੀਂ ਲੱਗਿਆ, ਕੁਛ ਲੋਕਾਂ ਜ਼ੋਰ ਨਹੀਂ ਲੱਗਿਆ, ਇਹ ਮੀਡੀਆ ਚਲਾ ਰਿਹਾ ਸਰ, ਸਾਨੂੰ ਕਹਿਣ 'ਚ ਕੋਈ ਹਿਚਕਚਾਹਟ ਨਹੀਂ, ਮੀਡੀਆ ਚਲਾ ਰਿਹਾ। ਹਾਂ ਬੋਲੋ ਬੋਲੋ ਸਰ ਜੀ। ਹਾਂ ਜੀ, ਤੋ ਇਹ ਗੱਲ ਹੈ ਕਿ ਜਿਹੜੇ ਪਹਿਲਾਂ ਤਾਂ ਇਹਨਾਂ ਨੇ ਦੇਖੋ ਉਹਦੀ ਜਿਹੜੀ ਸੈਗਰੀਗੇਸ਼ਨ ਕੀਤੀ ਕਿ ਇਹਦੇ ਵਿੱਚ ਖਾਲਿਸਤਾਨੀ ਨਕਸਲਾਈਟਸ ਔਰ ਪਾਕਿਸਤਾਨ ਬੈਕਅਪ ਦੇ ਰਿਹਾ, ਫਿਰ ਖਾਲਸਾ ਏਡ ਨੂੰ ਭੰਡਣ ਦੀ ਕੋਸ਼ਿਸ਼ ਕੀਤੀ ਗਈ, ਫਿਰ ਜਿਹੜਾ ਸੰਯੁਕਤ ਮੋਰਚਾ ਔਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਉਹਨੂੰ ਡਾਈਸੈਕਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਤਾਂ ਜਿਵੇਂ ਮੈਂ ਪਹਿਲਾਂ ਕਿਹਾ ਕਿ ਰੈੱਡ ਫੋਰਟ ਵਾਲੇ ਇੰਸੀਡੈਂਟ ਤੋਂ ਪਹਿਲਾਂ ਗਵਰਨਮੈਂਟ ਹੈਜ਼ ਨਥਿੰਗ ਟੂ ਸੇ, ਤੇ ਹੁਣ ਜਿਹੜਾ ਹੈਗਾ ਸਰਕਾਰ ਕੁਛ ਨਾ ਕੁਛ ਕਿਸੇ ਨਾ ਕਿਸੇ ਤਰੀਕੇ ਜਿਹੜਾ, ਜਿਵੇਂ ਦੇਖੋ ਅਗਰ ਗ੍ਰੇਟਾ ਇਹਨਾਂ ਦੇ ਕਾਬੂ ਨਹੀਂ ਆਈ ਤਾਂ ਹੁਣ ਇਹ ਉਸ ਟਵੀਟ ਨੂੰ ਕਿੰਨੇ ਦਿਨ ਹੋ ਗਏ ਆ, ਅੱਜ ਲਗਭਗ 20 ਦਿਨ ਬਾਅਦ ਜਿਹੜਾ ਕਿਹਾ ਗਿਆ ਕਿ ਉਸ ਟੂਲ ਕਿੱਟ ਦੇ ਵਿੱਚ ਉਸ ਟਵੀਟ ਦੇ ਵਿੱਚ ਉਹ ਸਾਰੇ ਡਾਕੂਮੈਂਟ ਦੇ ਵਿੱਚ ਐਡਿਟ ਕਰਕੇ ਨਿਕੀਤਾ ਜੈਕਬ ਔਰ ਜਿਹੜੀ ਦਿਸ਼ਾ ਰਾਵੀ ਹੈਗੀ ਆ ਇਹਨਾਂ ਤਿੰਨਾਂ ਨੇ ਉਹਨੂੰ ਅੱਗੇ ਡਿਸਮੀਨੇਟ ਕੀਤਾ ਆ। ਸੋ ਇਟਸ ਟੋਟਲੀ ਆਊਟ ਆਫ ਮਾਈਂਡ। ਠੀਕ ਹੈ, ਹਰਦੀਪ ਸਿੰਘ ਗਿੰਗਰਾ, ਮੈਂ ਨੌਦੀਪ ਵਾਲਾ ਕੇਸ ਵੀ ਚਾਹੁੰਦਾ ਤੁਸੀਂ ਉਹ 'ਤੇ ਗੱਲ ਕਰੋ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਉੱਥੇ ਜਾਂਦੇ ਆ, ਗ੍ਰਹਿ ਮੰਤਰੀ ਨਾਲ ਮੁਲਾਕਾਤ ਹੋ ਜਾਂਦੀ ਹੈ। ਕਿੰਗਰਾ ਸਾਹਿਬ ਮੇਰਾ ਸਵਾਲ ਸੁਣ ਰਹੇ ਹੋ ਸਰ? ਹਾਂਜੀ ਹਾਂਜੀ। ਹਾਂ, ਗ੍ਰਹਿ ਮੰਤਰੀ ਨਾਲ ਮੁਲਾਕਾਤ ਹੋ ਜਾਂਦੀ ਹੈ ਪਰ ਨੌਦੀਪ ਨਾਲ ਮੁਲਾਕਾਤ ਨਹੀਂ ਹੁੰਦੀ, ਵਜ੍ਹਾ? ਉਹ ਦੇਖੋ ਕੇਪੀ, ਮੈਂ ਤੁਹਾਨੂੰ ਕਿਹਾ ਹੈਗਾ ਸਖਤੇ ਦਾ ਸੱਤੀ ਵੀ ਹੀ ਸੌ, ਠੀਕ ਹੈ, ਇਹ ਤਾਂ ਸਖਤੇ ਹੈ। ਇਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਸਾਨੂੰ ਕੇਂਦਰ ਦੀ ਸਰਕਾਰ ਤੇ ਕਾਬਜ਼ ਹੋਣਾ ਚਾਹੀਦਾ, ਬਾਕੀ ਕੱਖ ਨਹੀਂ ਇਸ ਦੇਸ਼ ਦੇ ਵਿੱਚ। ਕੇਂਦਰ ਜਿੱਦੇ ਮਰਜ਼ੀ ਕਿਸੇ ਸਟੇਟ ਦਾ ਗਲ ਘੁੱਟ ਦਿਓ, ਜੇ ਸਾਰੀਆਂ ਸਟੇਟਾਂ ਵੀ ਬੀਜੇਪੀ ਦੇ ਉਲਟ ਹੋਣ ਤੇ ਕੱਲੀ ਕੇਂਦਰ ਦੇ ਵਿੱਚ 400 MP ਲੈ ਕੇ ਬੀਜੇਪੀ ਨੇ ਸਰਕਾਰ ਬਣਾਈ ਤਾਂ ਵੀ ਸਾਰੇ ਮੁੱਖ ਮੰਤਰੀ ਦਾ ਇਹ ਗੱਲ ਘੁੱਟ ਜਾਣਗੇ ਤੇ ਕੋਈ ਕੱਖ ਨਹੀਂ ਕਰ ਸਕਦਾ ਸੁਧਾਰਕ ਤੌਰ ਤੇ। ਆ ਵਕੀਲ ਮੇਰੇ ਦੋਸਤ ਬੈਠੇ ਆ, ਇਹ ਮੈਨੂੰ ਗੱਲ ਦਾ ਜਵਾਬ ਦੇਣ ਜੋ ਸੁਧਾਰਕ ਤੌਰ ਤੇ ਕੁਛ ਕਰ ਸਕਦਾ। ਸੋ ਇਹ ਬੀਜੇਪੀ ਨੂੰ ਕਰ ਗਈ ਹੈ ਗੱਲ, ਔਰ ਇਹ ਜਿਹੜੀ ਗੱਲ ਕਰ ਗਈ ਹੈ, ਦੇਖੋ ਇਸ ਮੁਲਕ ਦੇ ਵਿੱਚ, ਇਤਿਹਾਸ ਦੇ ਵਿੱਚ, ਦੁਨੀਆਂ ਦੇ ਵਿੱਚ ਬੜੇ ਬੜੇ ਧਾਰਮਿਕ ਫਨੈਟਿਕ ਹੋਏ ਆ ਜਿਨ੍ਹਾਂ ਨੇ ਆਪਦੀਆਂ ਜਨਾਨੀਆਂ ਦੇ ਗਲ ਵੱਢੇ ਆ ਧਰਮ ਦੇ ਉੱਤੇ ਬੈਠ ਕੇ ਪਬਲਿਕਲੀ। ਤਿੰਨ ਤਿੰਨ ਰਾਣੀਆਂ ਦੇ ਗਲ ਵੱਢੇ ਸੀ ਅੰਗਰੇਜ਼ਾਂ ਦੇ ਰਾਜੇ ਨੇ ਧਰਮ ਦੇ ਉੱਤੇ ਹੀ ਆਪਦੀਆਂ ਰਾਣੀਆਂ ਦੇ। ਉਸੇ ਤਰ੍ਹਾਂ ਔਰੰਗਜ਼ੇਬ ਨੇ ਮੁਗਲਈ ਰਾਜ ਦਾ ਤਖਤਾ ਪਲਟਤਾ ਧਰਮ ਨੂੰ ਅੱਗੇ ਰੱਖ ਕੇ। ਇਹ ਜਿਹੜਾ ਧਰਮ ਦਾ ਹੁੰਦਾ, ਭਾਵੇਂ ਇਹ 5-7 ਸਾਲ ਚੱਲੇ, 10 ਸਾਲ ਚੱਲੇ, ਜਿਨ੍ਹਾਂ ਨੇ ਹੰਡਾਇਆ ਉਹਨਾਂ ਨੂੰ ਤਕਲੀਫ ਹੈ। ਵਰਨਾ ਇੱਕ ਗੱਲ ਯਾਦ ਰੱਖਿਓ, ਜਿਸ ਬੰਦੇ ਨੇ ਰਾਜ ਧਰਮ ਦੇ ਬੇਸ ਤੇ ਕੀਤਾ ਉਹਦਾ ਸੱਤਿਆਨਾਸ਼ ਹੋਇਆ ਹੀ ਹੋਇਆ, ਅੱਜ ਹੋ ਜਾਏ ਕੱਲ ਹੋ ਜਾਏ। ਸ਼ਸ਼ੀਕਾਂਤ ਜੀ, ਸਰ ਕਿਸਾਨ ਜਥੇਬੰਦੀਆਂ ਇਸ ਜਿਹੜਾ ਨਰੇਟਿਵ ਸੈੱਟ ਕੀਤਾ ਜਾ ਰਿਹਾ, ਪਰਸੈਪਸ਼ਨ ਬਿਲਡਿੰਗ ਕੀਤੀ ਜਾ ਰਹੀ ਹੈ, ਉਹਨੂੰ ਸਰ ਕਾਊਂਟਰ ਕਿਵੇਂ ਕਰ ਪਾਣਗੀਆਂ? ਸ਼ਸ਼ੀਕਾਂਤ ਜੀ, ਉਹਦੀ ਵਜ੍ਹਾ ਸਰ ਮੈਂ ਤੁਹਾਨੂੰ ਦੱਸਦਾ, ਜਦੋਂ ਅਸੀਂ ਗੱਲ ਕਰਦੇ ਹਾਂ ਗਰਾਊਂਡ 'ਤੇ ਲੜਿਆ ਜਾ ਰਿਹਾ ਅੰਦੋਲਨ, ਮੈਂ ਵੀ ਇਹ ਬਹੁਤ ਗੱਲਾਂ ਕਰਦਾ ਰਿਹਾ,
आखिरकार इन गूगल से लिया गया, गूगल से लिया गया तो देश में प्रचार ही किया जा रहा, जोड़े उत्थे बैठे है वो सारे खालिस्तानी है, वह नक्सली है, माओइस्ट है, बड़ा कुछ किया जा रहा। शशि कांत जी, वो किसान जथेबंदियां, किसान लीडर, किसान हमायती, इनू काउंटर किवें करनगे सर इस नरेटिव नू? शशि कांत जी, किसानों नू, किसानों के जिहड़े हमायती हैगे ने, तुहाडे वर्गे मेरे वर्गे सारे जिहड़े हैगे ने, उन्हां नू एक ही चीज़ चाहीदी हैगी है, इट इज़ जस्ट टू बी इगनोर्ड, इहदे ते रिएक्ट ही नहीं करना हुंदा हैगा। आम तौर पर किसी बंदे के खिलाफ तुसीं कुछ भी कर लो, जदों तुहानू कुछ होर नहीं मिलदा हैगा, ਉਹਨੂੰ ਕਨਫਿਊਜ਼ ਕਰਨ ਦੀ ਕੋਸ਼ਿਸ਼ ਹੁੰਦੀ ਹੈ। ਸ਼ਸ਼ੀਕਾਂਤ ਜੀ, ਤੁਸੀਂ ਬਹੁਤ ਖੂਬਸੂਰਤ ਗੱਲ ਕਹੀ ਹੈ, ਇਗਨੋਰ ਕਰਨਾ ਚਾਹੀਦਾ। ਸਰ, ਬੜੇ ਦਿਨਾਂ ਤੋਂ ਇਹ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਅਸੀਂ ਇਹਨਾਂ 'ਤੇ ਕੋਈ ਪ੍ਰੋਗਰਾਮ ਨਹੀਂ ਕੀਤਾ, ਅੱਜ ਬਹੁਤ ਸੋਚ ਸਮਝ ਕੇ ਅਸੀਂ ਵਿਚਾਰ ਕੇ ਇਹਨਾਂ 'ਤੇ ਪ੍ਰੋਗਰਾਮ ਕੀਤਾ ਵੀ ਜੇ ਅਸੀਂ ਨਾ ਦੱਸਿਆ ਲੋਕਾਂ ਨੂੰ ਵੀ ਅਸਲ ਵਿੱਚ ਇਹ ਕਹਾਣੀ ਕੀ ਹੈ, ਤਾਂ ਲੋਕ ਤਾਂ ਕਹਿਣਗੇ ਜਿਵੇਂ ਅਸੀਂ ਮੂਰਖ ਬੈਠੇ ਹੋਵੇ, ਤੁਸੀਂ ਮੂਰਖ ਬੈਠੇ ਹੋ, ਤੁਸੀਂ ਸਾਨੂੰ ਦੱਸਿਆ ਹੀ ਨਹੀਂਗਾ। ਤੁਹਾਡੇ ਵੱਲੋਂ ਹੋਣਾ ਚਾਹੀਦਾ, ਤੁਸੀਂ ਗੱਲ ਕੀਤੀ ਕਿਸਾਨਾਂ ਦੀ, ਉਹਨਾਂ ਦੇ ਜਿਹੜੇ ਆਰਗੇਨਾਈਜੇਸ਼ਨ ਹੈਗੇ ਨੇ, ਸਾਨੂੰ ਇਹ ਗੱਲ ਅੱਗੇ ਲਿਆਉਣੀ ਚਾਹੀਦੀ ਹੈਗੀ ਹੈ, ਲੋਕਾਂ ਨੂੰ ਦੱਸਣਾ ਚਾਹੀਦਾ ਹੈ। ਪਰ ਉਹਨਾਂ ਨੂੰ ਜਿਹੜੇ ਕਿਸਾਨ ਉੱਥੇ ਬੈਠੇ ਹੈਗੇ ਨੇ, ਉਹਨਾਂ ਨੂੰ ਮੈਂ ਸਮਝਦਾ ਆਪਣਾ ਜਿਹੜਾ ਉਹਨਾਂ ਦਾ ਪੀਸਫੁਲ ਐਜੂਟੇਸ਼ਨ ਹੈਗਾ ਉਹਦੇ ਉੱਤੇ ਕੰਸਨਟਰੇਟ ਕਰਨਾ ਚਾਹੀਦਾ ਹੈਗਾ। ਇਹ ਜਿਹੜੀ ਭਟਕਾਉਣ ਵਾਲੀ ਗੱਲਾਂ ਹੈਗੀਆਂ ਨੇ, ਇਹਦੇ 'ਤੇ ਬਿਲਕੁਲ ਨਹੀਂ ਜਾਣਾ ਚਾਹੀਦਾ। ਇਹ ਬੇਸਿਕਲੀ ਕੋਸ਼ਿਸ਼ ਹੈਗੀ ਦੋਵਾਂ ਦੇ ਵਿਚਕਾਰ ਪਾੜਾ ਪਾਉਣ ਦੀ। ਪਰ ਸ਼ਸ਼ੀ ਕਾਂਤ ਜੀ, ਕਿਸਾਨ ਜਥੇਬੰਦੀਆਂ ਨੂੰ ਬੋਲਣਾ ਪੈ ਰਿਹਾ ਨਾ, ਉਹਨਾਂ ਤੋਂ ਸਵਾਲ ਕੀਤਾ ਜਾਂਦਾ ਵੀ ਤੁਸੀਂ ਭਾਈ ਇਹਨਾਂ 'ਤੇ ਕੀ ਕਰੋਗੇ, ਉਹ ਤਾਂ ਕਹਿੰਦੇ ਆ ਵੀ ਇਹ ਨਾ ਇਨਸਾਫੀ ਹੋ ਰਹੀ ਆ, ਬੇਇਨਸਾਫੀ ਹੋ ਰਹੀ ਆ, ਨਹੀਂ ਹੋਣਾ ਚਾਹੀਦਾ ਇਹੋ ਜਿਹਾ ਕੁਛ, ਉਹਨਾਂ ਨੂੰ ਤਾਂ ਰੈਕਸ਼ਨ ਦੇਣਾ ਪਊਗਾ ਨਾ ਸ਼ਸ਼ੀ ਕਾਂਤ ਜੀ, ਉਹ ਤਾਂ ਆਪਣੇ ਆਪ ਨੂੰ ਮੋੜ ਹੋ ਗਿਆ। ਮੈਨੂੰ ਕੋਈ ਪੁੱਛਦਾ ਕਿ ਮੈਂ ਜੇ ਕਿਸਾਨ ਹੁੰਦਾ ਉੱਥੇ ਤਾਂ ਪੁੱਛਦਾ, ਮੈਨੂੰ ਪੁੱਛਦਾ ਕੋਈ ਕਿ ਮੈਂ ਕਹਿੰਦਾ ਸੀ ਭਗੜਾ ਪਾਵਾਂਗਾ। ਹਾਂ, ਐਂਡ ਵੀ ਡੋਨਟ ਹੈਵ ਟੂ ਰਿਐਕਟ, ਮੇਰੇ ਆਪਣਾ ਐਕਸਪੀਰੀਅੰਸ ਹੈਗਾ ਸਾਡੇ ਉੱਤੇ ਇੰਨੇ ਲਾਂਛਣ ਲੱਗਦੇ ਹੈਗੇ ਨੇ, ਜੇ ਅਸੀਂ ਰਿਐਕਟ ਕਰਨ ਲੱਗ ਪਏ ਤਾਂ ਅਸੀਂ ਤਾਂ ਕਮਲੇ ਹੋ ਜਾਵਾਂਗੇ, ਵੀ ਲੈਂਡ ਅਪ ਇਨ ਅ ਲੂਨੈਟਿਕ ਹਾਊਸ। ਠੀਕ ਠੀਕ ਹੈ, ਹਾਂ ਮਨਜਿੰਦਰ ਭੁੱਲਾ ਕੀ ਕਹਿਣਾ ਚਾਹ ਰਹੇ ਹੋ? ਮੈਂ ਸ਼ਸ਼ੀ ਕਾਂਤ ਜੀ ਦੀ ਗੱਲ ਨੂੰ ਵੱਡਿਆ ਕਰਨਾ ਚਾਹੁੰਦਾ। ਆਈ ਵੁੱਡ ਲਾਈਕ ਟੂ ਐਕਸਟੈਂਡ ਹਿਜ਼ ਵਰਜ਼ਨ। ਇਗਨੋਰ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਉਹਦੇ ਬਾਰੇ ਗੱਲ ਨਾ ਕੀਤੀ ਜਾਵੇ। ਐਜ਼ ਇਨ ਦਾ ਲਾਸਟ ਹੀ ਕੋਟਡ ਦੈਟ ਕਿ ਯੂ ਹੈਵ ਟੂ, ਯੂ ਡੋਂਟ ਹੈਵ ਟੂ ਰਿਐਕਟ, ਕਿ ਰਿਐਕਸ਼ਨ ਨਹੀਂ ਦੇਣਾ ਉਹਨੂੰ, ਕਿ ਠੀਕ ਆ ਉਹ ਐਲੀਗੇਸ਼ਨ ਲਾ ਰਿਹਾ, ਲੈਟ ਦੈਮ ਡੂ, ਉਹ ਤਾਂ 25 ਨਵੰਬਰ ਤੋਂ ਹੀ ਲਾ ਰਿਹਾ ਕਿ ਤੁਸੀਂ ਖਾਲਿਸਤਾਨ ਨਹੀਂ ਹੋ, ਤੁਸੀਂ ਫਲਾਂ ਫਲਾਂ ਹੈਗੇ ਹੋ, ਕਰਨ ਉਹ ਪ੍ਰੂਫ ਕਰਨ। ਐਗਜੈਕਟਲੀ ਐਗਜੈਕਟਲੀ, ਠੀਕ ਹੈ, ਲੈਟ ਦੈਮ ਪ੍ਰੂਫ। ਠੀਕ ਹੈ ਬਾਠ ਸਾਹਿਬ, ਸਰ ਇਹ ਸਾਰਾ ਕੁਝ ਪ੍ਰਕਿਰਿਆਵਾਂ ਚੱਲਦੀਆਂ ਰਹਿਣਗੀਆਂ, ਪੁਲਿਸ ਇੰਟੈਰੋਗੇਸ਼ਨ ਹੁੰਦੀ ਰਹੂਗੀ, ਕਸਟਡੀ ਵਿੱਚ ਲਿਆ ਜਾਊਗਾ, ਰਿਮਾਂਡ ਲਿਆ ਜਾਊਗਾ। ਬਾਠ ਸਾਹਿਬ, ਮੈਂ ਸਮਝਣਾ ਚਾਹੁੰਦਾ ਕਿ ਇਸ ਮਾਮਲੇ 'ਤੇ ਕੀ ਅਦਾਲਤਾਂ ਟੂਲ ਕਿੱਟ ਬਾਰੇ ਬੋਲ ਸਕਦੀਆਂ ਜਾਂ ਨਹੀਂ ਬੋਲ ਸਕਦੀਆਂ? ਸਿਓ ਮੋਟੋ ਲਿਆ ਜਾ ਸਕਦਾ ਜਾਂ ਨਹੀਂ ਲਿਆ ਜਾ ਸਕਦਾ? ਮੈਂ ਇਕੱਲਾ ਟੂਲ ਕਿੱਟ ਦਾ ਜ਼ਿਕਰ ਕਰ ਰਿਹਾ, ਟੂਲ ਕਿੱਟ ਲਿਆਇਆ ਕੌਣ, ਟੂਲ ਕਿੱਟ ਬਣਾਈ ਕਿੰਨੇ, ਐਡਿਟ ਕਿੰਨੇ ਕੀਤੀ, ਮੇਰਾ ਸਵਾਲ ਹੀ ਉਹ ਨਹੀਂ ਹੈਗਾ। ਬਾਠ ਸਾਹਿਬ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਤੁਹਾਡੀ ਮੈਂ ਗੱਲ ਸਮਝੀ ਜਿਹੜੀ ਤੁਸੀਂ ਕਹਿਣਾ ਚਾਹੁੰਦੇ ਹੋ। ਪਰ ਤੁਸੀਂ ਇਹ ਦੇਖੋ ਕਿ ਕੱਲ੍ਹ ਜਿਹੜਾ ਹਿੰਦੁਸਤਾਨ ਦਾ ਜਿਹੜਾ ਚੀਫ ਜਸਟਿਸ ਰਿਹਾ ਹੈ ਤੇ ਹੁਣ ਜਿਹੜਾ ਰਾਜ ਸਭਾ ਦਾ ਮੈਂਬਰ, ਉਸ ਤੋਂ ਬਾਅਦ ਉਹਨੂੰ ਜਿਹੜਾ ਅਪੁਆਇੰਟ ਕੀਤਾ ਗਿਆ, ਉਹਦਾ ਰਿਐਕਸ਼ਨ ਕੀ ਇਹ ਸਾਰੇ ਕੁਝ ਦੇ ਬਾਰੇ ਦੇ ਵਿੱਚ? ਔਰ ਇਹ ਖ਼ਬਰਾਂ ਵੀ ਜਿਹੜੀਆਂ ਸਾਰੀਆਂ ਆ ਰਹੀਆਂ ਕਿ ਜਦੋਂ ਦਾ ਇਹ ਚੀਫ ਜਸਟਿਸ ਜਿਹੜਾ ਐਸ ਵੇਲੇ ਸਾਡਾ ਚੀਫ ਜਸਟਿਸ ਆ, ਇਹ ਇੱਕ ਵੀ ਜਿਹੜਾ ਜੱਜ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਅਪੁਆਇੰਟ ਨਹੀਂ ਕਰ ਸਕਿਆ। ਚਾਰ ਤੁਹਾਡੀ ਗੱਲ ਕਹਿ ਰਹੇ ਨੇ ਬਾਠ ਸਾਹਿਬ, ਬਿਲਕੁਲ ਅਸਾਮੀਆਂ ਜਿਹੜੀਆਂ ਨੇ ਉਹ ਖਾਲੀ ਪਈਆਂ ਨੇ। ਦੇਖੋ ਇਹੋ ਜਿਹਾ ਮੌਕਾ ਹੁੰਦਾ ਨਜ਼ਾਕਤ ਜਿਹੜੀ ਹੈ, ਜਦੋਂ ਸੁਪਰੀਮ ਕੋਰਟ ਜਾਂ ਜਦੋਂ ਨਿਆਂਲਿਆ ਜਿਹਨੂੰ ਅਸੀਂ ਕਹਿੰਦੇ ਹਾਂ, ਨਿਆਂਪਾਲਿਕਾ ਜਿਹਨੂੰ ਕਹਿੰਦੇ ਹਾਂ, ਖਾਸ ਕਰਕੇ ਹਾਈ ਕੋਰਟ ਤੇ ਸੁਪਰੀਮ ਕੋਰਟ, ਇਹ ਉਹਨਾਂ ਦਾ ਫਰਜ਼ ਹੈ ਕਿ ਉਹ ਇਹੋ ਜਿਹਾ ਇਸ਼ੂ ਦੇ ਉੱਤੇ ਸਿਓ ਮੋਟੋ ਲੈਣ। ਜਦੋਂ ਨੰਗੀ ਅੱਖ ਨਾਲ ਦਿਖ ਰਿਹਾ ਕਿ ਇਹ ਜਿਹੜਾ ਅਨਿਆਂ ਹੋ ਰਿਹਾ, ਇੱਕ 21 ਸਾਲ ਦੀ ਬੱਚੀ ਨੂੰ ਜਿਹੜਾ ਵਾ, 21-22 ਸਾਲ ਦੀ ਲੜਕੀ ਨੂੰ 5 ਦਿਨ ਤੱਕ ਜਿਹੜਾ ਵਾ ਉਹ ਪੁਲਿਸ ਕਸਟਡੀ ਦੇ ਵਿੱਚ ਭੇਜਿਆ ਜਾ ਰਿਹਾ, ਜਦੋਂ ਇਹੋ ਜਿਹੇ ਉਹਦੇ ਉੱਤੇ ਦੋਸ਼ ਲਾਏ ਜਾ ਰਹੇ ਆ, ਇਹੋ ਜਿਹੀਆਂ ਜਿਹੜੀਆਂ ਸਜਾਵਾਂ ਲਾਈਆਂ, ਧਰਾਵਾਂ ਲਾਈਆਂ ਜਾ ਰਹੀਆਂ, ਜਿਹਦੇ ਵਿੱਚ ਸ਼ਾਇਦ ਨੇੜੇ ਭਵਿੱਖ ਦੇ ਵਿੱਚ ਉਹਦੀ ਜ਼ਮਾਨਤ ਵੀ ਬਹੁਤ ਔਖੀ ਹੋਏਗੀ। ਇਹੀ ਜਿਹੜੀ ਗੱਲ ਹੈ ਉਹ ਨੌਦੀਪ ਬਾਰੇ ਤੁਸੀਂ ਜਿਹੜੀ ਕਹੀ ਹੈ, ਇਹੋ ਜਿਹੀਆਂ ਚੀਜ਼ਾਂ ਦਾ ਜਿਹੜੀਆਂ ਸਾਡੀ ਨਿਆਂਪਾਲਿਕਾ ਨੂੰ ਖੁਦ ਸਿਓ ਮੋਟੋ ਹੋ ਕੇ ਲੈਣਾ ਚਾਹੀਦਾ, ਜਿੱਥੇ ਹਿਊਮਨ ਰਾਈਟ ਦੀ ਵਾਇਲੇਸ਼ਨ ਸਾਫ਼ ਤੇ ਸਪਸ਼ਟ ਨਜ਼ਰ ਆਉਂਦੀ ਹੈ। ਜੇ ਦੇਖੋ ਅਜੇ ਵੀ ਆਮ ਆਦਮੀ, ਮੈਂ ਕਹਿੰਦਾ 100 ਵੀ ਘਾਟਾ ਹੋਣ, ਅਫਸਰ ਸਾਹਿਬ ਤੋਂ ਲੋਕ ਦੁਖੀ ਨੇ, ਜਿਹੜੇ ਗੌਰਮੈਂਟ ਤੋਂ ਲੋਕ ਦੁਖੀ ਨੇ, ਫਿਰ ਵੀ ਅਜੇ ਲੋਕਾਂ ਨੂੰ ਆਸ ਹੈ ਕਿ ਸ਼ਾਇਦ ਨਿਆਂਪਾਲਿਕਾ ਸਾਨੂੰ ਜਿਹੜੀ ਆ ਉਹ ਨਿਆਂ ਦੇਣਗੀ। ਔਰ ਇਸ ਮੌਕੇ ਤੇ ਤੁਸੀਂ ਬਿਲਕੁਲ ਠੀਕ ਕਿਹਾ ਹੈ, ਸਾਡੀ ਨਿਆਂਪਾਲਿਕਾ ਦੀ ਡਿਊਟੀ ਹੈ ਅੱਗੇ ਹੋ ਕੇ ਖੁਦ ਸਿਓ ਮੋਟੋ ਐਕਸ਼ਨ ਲੈ ਕੇ ਇਹੋ ਜਿਹੀਆਂ ਗੱਲਾਂ ਨੂੰ ਰੋਕਣਾ ਜਿਹੜਾ ਬਹੁਤ ਜ਼ਰੂਰੀ ਹੈ। ਠੀਕ ਹੈ, ਇੱਕ ਹੋਰ ਛੋਟਾ ਬ੍ਰੇਕ ਲਊਂਗਾ, ਬ੍ਰੇਕ ਤੋਂ ਬਾਅਦ ਆਖਰੀ ਹਿੱਸੇ ਵਿੱਚ ਅਸੀਂ ਹੋਵਾਂਗੇ। ਮੈਂ ਸਵਾਲ ਇਸ ਕਰਕੇ ਕਰ ਰਿਹਾ ਕਿਉਂਕਿ ਜਦੋਂ ਜਵਾਨੀ ਦੇ ਉੱਤੇ ਸਵਾਲ ਚੁੱਕੇ ਜਾਂਦੇ ਆ, ਨੌਜਵਾਨਾਂ ਉੱਤੇ ਸਵਾਲ ਚੁੱਕੇ ਜਾਂਦੇ ਆ, ਤਾਂ ਉਹਨਾਂ ਦਾ ਭਵਿੱਖ ਜਿਹੜਾ ਧੁੰਦਲਾ ਹੋ ਜਾਂਦਾ। ਜੇ ਉਹਨਾਂ ਦਾ ਕਸੂਰ ਨਹੀਂ ਹੈਗਾ ਅਤੇ ਜੇ ਉਹਨੂੰ ਇਸ ਕਟਹਿਰੇ ਵਿੱਚ ਖੜਾ ਕੀਤਾ ਜਾਂਦਾ ਅਤੇ ਅਗਾਂਹ ਜਾ ਕੇ ਉਹ ਕੀ ਬਣ ਕੇ, ਅਤੇ ਦੇਸ਼ ਦਾ, ਸਾਡੇ ਦੇਸ਼ ਦਾ ਭਵਿੱਖ ਹੈ ਜਿਹੜਾ, ਸਾਡੇ ਸਮਾਜ ਦਾ ਭਵਿੱਖ ਹੈ, ਸਾਡੀ ਦੁਨੀਆ ਦਾ ਭਵਿੱਖ ਹੈ, ਉਹ ਜਵਾਨੀ 'ਤੇ ਟਿਕਿਆ ਹੋਇਆ। ਨੌਜਵਾਨਾਂ ਦੀ ਗੱਲ ਮਨਫੀ ਨਹੀਂ ਹੋਣੀ ਚਾਹੀਦੀ, ਨੌਜਵਾਨਾਂ ਦੀ ਗੱਲ ਜਿੰਨੀ ਉੱਚੀ ਆਵਾਜ਼ 'ਚ ਕਰੋਗੇ ਓਨਾ
ਤੁਹਾਡੇ ਦੇਸ਼ ਦਾ ਭਵਿੱਖ, ਤੁਹਾਡੇ ਸਮਾਜ ਦਾ ਭਵਿੱਖ, ਤੁਹਾਡਾ ਭਵਿੱਖ ਹੈ ਜਿਹੜਾ ਉਹ ਸੰਵਰੇਗਾ। ਇਸ ਲਈ ਮੈਂ ਜਵਾਨੀ ਦੀ ਗੱਲ ਕਰ ਰਿਹਾ ਕਿਉਂਕਿ ਇਹ ਜਵਾਨੀ ਹੈ ਜਿਹੜੀ ਉਹ ਕਿਸਾਨੀ ਦੇ ਨਾਲ ਜੁੜੀ ਹੋਈ ਹੈ ਅਤੇ ਇਹੀ ਅਗਲੀ ਕਹਾਣੀ ਲਿਖੂਗੀ। ਵਾਪਸ ਆ ਰਿਹਾ ਟੂਲਕਿਟ ਵਾਲੀ ਸਾਜਿਸ਼ ਦੀ ਥਿਊਰੀ ਨਾਲ ਕਿਸਾਨ ਅੰਦੋਲਨ ਮੱਠਾ ਪੈ ਜਾਵੇਗਾ। ਹਰਦੀਪ ਸਿੰਘ ਕਿੰਗਰਾ, ਇਲਜ਼ਾਮ ਤਰਾਸ਼ੀਆਂ ਚੱਲਦੀਆਂ ਰਹਿਣਗੀਆਂ ਸਰ, ਤੁਸੀਂ ਸੱਤਾ ਪੱਖ 'ਤੇ ਇਲਜ਼ਾਮ ਲਾਉਂਦੇ ਰਹੋਗੇ, ਤੁਹਾਡੇ 'ਤੇ ਲਾਉਂਦੇ ਰਹਿਣਗੇ। ਕਿੰਗਰਾ ਸਾਹਿਬ, ਮੈਨੂੰ ਹੱਲ ਦੱਸੋ, ਸਿਆਸਤ ਨੂੰ ਇਸ ਮੌਕੇ ਕਰਨਾ ਕੀ ਚਾਹੀਦਾ? ਮੈਂ ਪੂਰੀ ਸਿਆਸਤ ਦੀ ਗੱਲ ਕਰ ਰਿਹਾ ਸਰ। ਹਾਂ ਕੇਪੀ, ਮੈਂ ਤੁਹਾਡੀ ਚੈਨਲ ਦੇ ਥਰੂ ਸਾਰੇ ਭਾਰਤ ਵਾਸੀਆਂ ਨੂੰ, ਪਤਾ ਨਹੀਂ ਤੁਹਾਡੀ ਚੈਨਲ ਭਾਰਤ ਦੇ ਵਿੱਚ ਕਿੰਨੀ ਕੁ ਦਿਸਦੀ ਹੈ, ਬਾਹਰ ਬੈਠੇ ਭਾਰਤ ਵਾਸੀਆਂ ਨੂੰ ਸਾਰਿਆਂ ਨੂੰ ਮੈਂ ਇੱਕ ਗੱਲ ਕਹਿਣਾ ਕਿ ਤੁਹਾਡੇ ਤੁਹਾਨੂੰ ਗੂਗਲ ਦੀਆਂ ਟੂਲ ਕਿੱਟਾਂ ਦੀ ਲੋੜ ਹੈ ਨਹੀਂ। ਇਹ ਤੁਹਾਨੂੰ ਗਲਤ ਫਹਿਮੀ ਹੈ, ਡੈਮੋਕਰੇਸੀ ਹੈ। ਤੁਹਾਡੇ ਕੋਲੇ ਐਸੀ ਟੂਲ ਕਿੱਟ ਹੈ ਕਿ ਤੁਸੀਂ ਕਿਸੇ ਨੂੰ ਵੀ ਸਦਾ ਤੋਂ ਲਿਆ ਕੇ ਗਲੀਆਂ 'ਚ ਲਾ ਸਕਦੇ ਹੋ, ਉਹ ਹੈ ਬੈਲਟ ਪੇਪਰ। ਜੇ ਭਾਰਤ ਦੇ ਲੋਕ ਬੈਲਟ ਪੇਪਰ ਦੀ, ਆਪਦੀ ਵੋਟ ਦੀ ਟੂਲ ਦਾ ਇਸਤੇਮਾਲ ਕਰ ਲੈਣ ਕਿਤੇ, ਤੇ ਫਿਰ ਵੱਡੀਆਂ ਵੱਡੀਆਂ ਮਹਾਨ ਹਸਤੀਆਂ ਨੂੰ ਵੀ ਮਿੱਟੀ ਚਟਾਈ ਜਾ ਸਕਦੀ ਹੈ ਇੱਥੇ। ਸੋ ਤੁਹਾਨੂੰ ਲੋੜ ਨਹੀਂ ਗੂਗਲ ਦੀਆਂ ਟੂਲ ਕਿੱਟਾਂ ਦੀ, ਨਾ ਤੁਹਾਨੂੰ ਬੰਬਾਂ ਦੀ ਲੋੜ ਹੈ ਮਾਡਰਨ ਜ਼ਮਾਨੇ 'ਚ, ਨਾ ਬੰਦੂਕਾਂ ਦੀ ਲੋੜ ਹੈ। ਸੱਜੇ ਹੱਥ ਦੀ ਪਹਿਲੀ ਉਂਗਲ ਦੇ ਨਾਲ ਉਹ ਬਟਨ ਦੱਬ ਦਿਓ ਤੇ ਉਹਨੂੰ ਵੋਟ ਪਾ ਦਿਓ। ਜਿਹਨੂੰ ਮਿੱਟੀ ਚਟਾਉਣੀ ਚਾਹੁੰਦੇ ਹੋ ਉਹਨੂੰ ਥੱਲੇ ਲਾ ਦਿਓ, ਬਸ। ਤੈਨੂੰ ਕਿਸੇ ਟੂਲ ਕਿੱਟ ਦੀ ਲੋੜ ਨਹੀਂ, ਨਾ ਤੁਹਾਡਾ ਕੋਈ ਪੁਲਿਸ ਰਿਮਾਂਡ ਲੈ ਸਕਦਾ ਹੈ, ਨਾ ਤੁਹਾਡੇ ਤੇ ਕੋਈ ਕੇਸ। ਤੁਸੀਂ ਪ੍ਰਧਾਨ ਮੰਤਰੀ ਨੂੰ ਔਖਾ ਨਹੀਂ ਵੇਖ ਸਕਦੇ, ਲੇਕਿਨ ਪ੍ਰਧਾਨ ਮੰਤਰੀ ਨੂੰ ਸੱਜੀ ਉਂਗਲ ਦੇ ਨਾਲ ਕੁਰਸੀਓ ਲਾ ਸਕਦੇ ਹੋ, ਤੁਹਾਡੇ ਤੇ ਕੋਈ ਕੇਸ ਨਹੀਂ ਰਜਿਸਟਰ ਹੋਣਾ। ਠੀਕ ਹੈ, ਕੌਣ ਬਣਾ ਸਕਦੇ ਹੋ ਪ੍ਰਧਾਨ ਮੰਤਰੀ ਨੂੰ? ਤੁਸੀਂ ਐਡਾ ਵੱਡਾ ਟੂਲ ਭਾਰਤ ਦੇ ਲੋਕਾਂ ਦੇ ਕੋਲੇ ਹੈ। ਦੁੱਖ ਦੀ ਗੱਲ ਹੈ ਕਿ ਟੂਲ ਨੂੰ ਵੇਚ ਦਿੰਦੇ ਆ ਭਾਰਤੀ। ਜੇ ਇਸ ਟੂਲ ਨੂੰ ਨਾ ਵੇਚਣ ਕੇਪੀ, ਤੇ ਇਹ ਐਸਾ ਟੂਲ ਹੈ ਕਿ ਇਸੇ ਪ੍ਰਧਾਨ ਮੰਤਰੀ ਨੂੰ ਲੋਕਾਂ ਦੇ ਦਰ ਤੇ ਜਾ ਸਕਦਾ ਹੈ, ਇਸੇ ਐਰੋਗੈਂਟ ਪ੍ਰਧਾਨ ਮੰਤਰੀ ਨੂੰ। ਸੋ ਇਸ ਟੂਲ ਦਾ ਇਸਤੇਮਾਲ ਕਰੋ ਲੋਕੋ, ਆ ਟੂਲ ਕਿੱਟਾਂ ਗੂਗਲ ਕਾਗਜ਼ ਵਾਲੀਆਂ ਛੱਡ ਦਿਓ, ਇਹਨਾਂ ਟੂਲ ਕਿੱਟਾਂ ਨੇ ਕਿਸੇ ਕੰਮ ਨਹੀਂ ਆਉਣਾ। ਅਸਲੀ ਟੂਲ ਕਿੱਟ ਤੁਹਾਡਾ ਬੈਲਟ ਪੇਪਰ ਹੈ, ਉਸ ਬੈਲਟ ਪੇਪਰ ਦਾ ਇਸਤੇਮਾਲ ਕਰੋ ਤੇ ਜਿਹਨੂੰ ਟੂਲ ਚਟਾਉਣੀ ਹੈ ਚਟਾ ਦਿਓ, ਤੇ ਜਿਹਨੂੰ ਰਾਜ ਤੇ ਬਿਠਾਉਣਾ ਬਿਠਾ ਦਿਓ। ਠੀਕ ਜਿਹੜਾ ਅਸਲੀ ਤੰਤਰ ਹੈ, ਠੀਕ ਹੈ, ਇਹਨੂੰ ਅਪਣਾ ਲੋਕ। ਠੀਕ ਹੈ, ਲੋਕ ਇਹਦੀ ਟੂਲ ਕਿੱਟਾਂ ਦੀ ਗੱਲ ਕਰਨ ਦੀ। ਠੀਕ ਹੈ ਸਰ। ਸਤਿ ਸ਼੍ਰੀ ਅਕਾਲ ਜੀ ਸਰ, ਜਿਹੜੀਆਂ ਧਰਾਵਾਂ ਇਹਨਾਂ ਤੇ ਲਾਈਆਂ ਗਈਆਂ ਸਾਰੀਆਂ, ਸਤਿ ਸ਼੍ਰੀ ਅਕਾਲ ਜੀ, ਉਹਨਾਂ ਧਰਾਵਾਂ ਦੇ ਤਹਿਤ ਗੈਰ ਜ਼ਮਾਨਤੀ ਵਾਰੰਟ ਆ ਜਿਹੜੇ ਉਹ ਵੀ ਜਾਰੀ ਕੀਤੇ ਜਾ ਰਹੇ ਆ। ਸਤਿ ਸ਼੍ਰੀ ਅਕਾਲ ਜੀ, ਮੇਰਾ ਸਵਾਲ ਇਹ ਹੈ ਕਿ ਜਦੋਂ ਪੁਲਿਸ ਹੈ ਜਾਂ ਜਾਂਚ ਏਜੰਸੀਆਂ ਕੰਮ ਕਰਦੀਆਂ, ਉਹ ਨਹੀਂ ਸੋਚਦੀਆਂ ਕਿ ਅਦਾਲਤ ਵਿੱਚ ਜਾ ਕੇ ਸਾਡਾ ਕੇਸ ਕੀ ਕਰੂਗਾ, ਕਿੱਥੇ ਠਹਿਰੂਗਾ, ਕਿੱਥੇ ਨਹੀਂ ਠਹਿਰੂਗਾ, ਜਾਂ ਸਿਰਫ ਉਹਨਾਂ ਨੇ ਉਹ ਹੁਕਮ ਅਦੂਲੀ ਕਰਨੀ ਆ ਜੋ ਉਹਨਾਂ ਨੂੰ ਹੁਕਮ ਦੇ ਦਿੱਤਾ ਗਿਆ ਵੀ ਭਾਈ ਇਸ ਸ਼ਖਸ 'ਤੇ ਕੇਸ ਦਰਜ ਕਰਨਾ ਹੀ ਕਰਨਾ, ਜੋ ਮਰਜ਼ੀ ਕਰੋ ਲੈ ਕੇ ਆਓ ਅਤੇ ਇੱਕ ਸੋਹਣੀ ਜਿਹੀ ਬਾਈਟ ਦੇ ਦਿਓ ਮੀਡੀਆ ਦੇ ਵਿੱਚ, ਜਾ ਕੇ ਮੀਡੀਆ ਉਹਨਾਂ 'ਤੇ ਪ੍ਰੋਗਰਾਮ ਕਰੇ ਵੱਡੇ ਵੱਡੇ, ਅਤੇ ਕਵੇ ਵਿਦੇਸ਼ੀ ਸਾਜ਼ਿਸ਼, ਵਿਦੇਸ਼ੀ ਤਾਕਤ, SFJ, ਖਾਲਿਸਤਾਨ ਦਾ ਏਜੰਡਾ, ਪ੍ਰੋਪੇਗੰਡਾ, ਵੱਡੇ ਵੱਡੇ ਸ਼ਬਦ ਸਰ ਸਾਡੇ ਐਂਕਰ ਬੋਲਦੇ ਪਏ ਆ TV 'ਤੇ ਬਹਿ ਕੇ। ਸਤਿ ਸ਼੍ਰੀ ਅਕਾਲ ਜੀ। ਦੇਖੋ ਇਹ ਜਿਹੜੀ ਤੁਸੀਂ ਗੱਲ ਕਹੀ ਹੈਗੀ ਹੈ, ਮੈਂ ਆਪਣੇ ਐਕਸਪੀਰੀਅੰਸ ਦੇ ਨਾਲ ਦੱਸਣਾ ਹੈਗਾ, ਸਿੱਧਾ ਹੁਕਮ ਆਉਂਦਾ ਹੈਗਾ ਕਿਹੜੀ ਤਾਰਾਵਾਂ ਲਵਾਉਣੀਆਂ ਹੈਗੀਆਂ ਨੇ, ਚਾਹੇ ਉਹਨਾਂ ਨੂੰ ਤਾਰਾਵਾਂ ਦਾ ਪਤਾ ਹੋਏ ਚਾਹੇ ਨਾ ਹੋਏ, ਬੇਲੇਬਲ ਹੋਣਾ, ਨੋਨ ਬੇਲੇਬਲ ਹੋਣਾ ਹੈਗਾ, ਇਹ ਸਾਰਾ ਸਪੈਸੀਫਿਕ ਡਾਇਰੈਕਸ਼ਨਸ ਆਉਂਦੀਆਂ ਨੇ। ਇੱਥੇ ਮੈਂ ਇੱਕ ਗੱਲ ਹੋਰ ਐਡ ਕਰਨਾ ਚਾਹਾਂਗਾ ਟੂਲ ਕਿੱਟਾਂ ਦੀ, ਤੁਹਾਡੇ ਰਾਹੀਂ ਮੈਂ ਕਹਿਣਾ ਚਾਹਾਂਗਾ ਜਿੰਨੇ ਵੀ ਜਰਨਲਿਸਟ ਹੈਗੇ ਨੇ ਅਤੇ ਬਾਕੀ ਹੈਗੇ ਨੇ, ਟੂਲ ਕਿੱਟਾਂ ਦੀ ਗੱਲ ਜਦੋਂ ਆਉਂਦੀ ਹੈ, ਤੁਸੀਂ ਹਰ ਪੋਲੀਟੀਕਲ ਪਾਰਟੀ ਦੀ ਟੂਲ ਕਿੱਟ ਦੇਖੋ, ਉਹਦੇ 'ਚ ਕਿੰਨੀ ਟਵੀਟ ਆਈਆਂ ਜਿਹੜੇ ਕਮਿਊਨਿਟੀ ਦੇ ਵਿਚਕਾਰ ਪਾਲਾ ਪਾਉਂਦੀਆਂ, ਕਿੰਨੀ ਟਵੀਟਾਂ ਆਈਆਂ ਕਿ ਉੱਥੇ ਕਿਤੇ ਦੰਗਾ ਕਰਾਉਣਾ ਹੈਗਾ। ਇਹ ਸਾਰੀ ਗੱਲ ਜਿਹੜੀ ਹੈਗੀ ਵਿਸ਼ਲੇਸ਼ਣ ਦੀ ਗੱਲ ਹੈਗੀ ਹੈ। ਟੂਲ ਕਿੱਟ ਬੜੀ ਚੰਗੀ ਚੀਜ਼ ਹੈਗੀ, ਜੇ ਮੌਕਾ ਆ ਗਿਆ ਹੈਗਾ ਤੇ ਜਿੰਨੀ ਵੀ ਟੂਲ ਕਿੱਟਾਂ ਹਰ ਪੋਲੀਟੀਕਲ ਪਾਰਟੀ ਦੀ ਹੈਗੀਆਂ ਨੇ, ਸੰਸਥਾਵਾਂ ਦੀ ਹੈਗੀਆਂ ਨੇ, ਆਰਗਨਾਈਜੇਸ਼ਨਸ ਦੀ ਹੈਗੀਆਂ, ਉਹਨਾਂ ਦੇ ਇਨਡੈਪਥ ਪ੍ਰੋਬ ਕਰੋ, ਉਹਨਾਂ ਦੇ ਟਵੀਟਸ ਪੜ੍ਹੋ ਤੇ ਐਕਸਪੋਜ਼ ਦੇਮ। ਨਹੀਂ ਬੜਾ ਤੁਸੀਂ ਵਧੀਆ ਸੁਝਾਅ ਦਿੱਤਾ, ਪਰ ਸਰ ਸਾਡੇ ਵਰਗੇ ਐਂਕਰ ਸਰ ਪੜ੍ਹਦੇ ਘੱਟ ਆ। ਬਾਠ ਸਾਹਿਬ ਮਸਲਾ ਇਹ ਹੈਗਾ ਕਿ ਟੂਲ ਕਿੱਟ ਦਾ ਹੁਣ ਦਾ ਮਸਲਾ ਸਾਰਾ ਸਾਹਮਣੇ ਆ ਚੁੱਕਿਆ। ਮੇਰਾ ਸਵਾਲ ਹੈ ਬਾਠ ਸਾਹਿਬ ਕਿ ਹੁਣ ਇਹਨਾਂ ਦੇ ਲਈ ਜਿਹੜੀ ਚਾਰਾਜੋਈ ਕੀਤੀ ਜਾ ਰਹੀ ਹੈ, ਕਾਨੂੰਨੀ ਚਾਰਾਜੋਈ ਵੀ ਕੀਤੀ ਜਾਊਗੀ, ਪਰ ਜਿਹੜੇ ਨੋਨ ਬੇਲੇਬਲ ਵਾਰੰਟ ਹੈ ਉਹ ਇਸ਼ੂ ਹੋ ਚੁੱਕੇ ਆ। ਬਾਠ ਸਾਹਿਬ, ਇਹਦੇ ਵਿੱਚ ਕਾਨੂੰਨੀ ਚਾਰਾਜੋਈ ਕਿਸ ਹੱਦ ਤੱਕ ਸੰਭਵ ਹੈ? ਉਹ ਤੱਕ ਤਾਂ ਸਰ ਇੱਕ ਏਜੰਡਾ ਪ੍ਰੋਪੇਗੰਡਾ ਸੈੱਟ ਹੋ ਜਾਣਾ ਨਾ ਸਾਰੇ ਕਿਤੇ ਵੀ ਭਾਈ ਇਹ ਤਾਂ ਟੂਲ ਕਿੱਟ ਵਾਲੇ ਬੰਦੇ ਆ, ਇਹ ਖਾਲਿਸਤਾਨੀ ਹੈ। ਉੱਥੇ ਕਿਸੇ ਗੂਗਲ ਡਾਕੂਮੈਂਟ ਦੀ ਗੱਲ ਨਹੀਂ ਕਰਨੀ ਸਰ, ਕਿਸੇ ਨੇ ਗਰਾਊਂਡ ਦੀ ਗੱਲ ਨਹੀਂ ਕੀਤੀ? ਬਿਲਕੁਲ ਤੁਹਾਡੀ ਠੀਕ ਗੱਲ ਹੈ ਜੀ। ਮੈਂ ਇਸ ਤੋਂ ਪਹਿਲਾਂ ਜਿਹੜੀ ਸ਼ਸ਼ੀ ਕਾਂਤ ਜੀ ਨੂੰ ਤੁਸੀਂ ਸਵਾਲ ਕੀਤਾ ਸੀ, ਮੈਂ ਉਹਦੇ ਬਾਰੇ ਥੋੜਾ ਕਹਿ ਦਵਾਂ ਜੀ ਜੀ ਕਿ ਜਦੋਂ ਜਿਹੜੀਆਂ ਵਾ ਸਖਤ ਤੋਂ ਸਖਤ ਧਾਰਾਵਾਂ ਜਿਹੜੀਆਂ ਉਹ ਲਾ ਦਿੰਦੀਆਂ। ਮੈਂ ਸੀ ਜਿਹੜਾ ਵਾ ਇਹ ਰੋਜ਼ ਦੇਖਦੇ, ਕੋਈ ਜਿਹੜੀ ਹੈ ਕੋਈ ਮਤਲਬ ਹੈਰਾਨੀ ਵਾਲੀ ਗੱਲ ਨਹੀਂ ਹੈ। ਜੇ ਕਿਸੇ ਨੂੰ ਜਿਹੜਾ ਅਟੈਂਪਟ ਟੂ ਮਰਡਰ ਦੇ ਵਿੱਚ ਕੇਸ ਬੁਲਾਉਣਾ ਨਾ, ਤੇ ਉਹਦੇ ਤੇ ਕੋਈ ਤੁਹਾਨੂੰ ਇਹ ਨਹੀਂ ਹੈ ਕਿ ਵਾਕਿਆ ਉਹਦੇ ਤੇ ਕੋਈ ਸੱਟ ਲੱਗੀ ਹੈ ਜਾਂ ਨਹੀਂ ਲੱਗੀ। ਉਹਦੇ ਤੇ ਇੰਨਾ ਲਿਖਣਾ ਕਿ ਇਹ ਬੰਦਾ ਆ ਰਿਹਾ ਸੀ ਤੇ ਇਹਨੇ ਮੇਰੇ ਉੱਤੇ ਸਿਰ ਦੇ ਉੱਤੇ ਜਿਹੜੀ ਹੈ ਕਿਰਪਾਨ ਮਾਰਨ ਦੀ ਕੋਸ਼ਿਸ਼ ਕੀਤੀ, ਮੈਂ ਪਿੱਛੇ ਹਟ ਗਿਆ ਤੇ ਉਹ ਕਿਰਪਾਨ ਦਾ ਬਾਅਦ ਜਿਹੜਾ ਮੇਰੇ ਪਿੱਛੇ ਰੁੱਖ ਸੀ ਉਹ ਰੁੱਖ ਦੇ ਉੱਤੇ ਵੱਜਾ। ਇੱਕ ਵਾਰ ਉਹਨੇ ਤੁਹਾਨੂੰ 307 ਅਟੈਂਪਟ ਟੂ ਮਰਡਰ ਜਿਹੜੀ ਹੈ
ਅੱਗੇ ਜਾਵੇ ਕੋਰਟ ਦੇਖੇ ਜੱਜ ਦੇਖੇ ਹੁੰਦਾ ਵਾ ਕਿ ਨਹੀਂ ਹੁੰਦਾ ਪਰ ਜਦੋਂ 307 ਆ ਗਈ ਇੱਕ ਵੇਲੇ ਅਟੈਂਪਟ ਟੂ ਮਰਡਰ ਮਰਡਰ ਦਾ ਤੁਹਾਡੇ ਤੇ ਦੋਸ਼ ਲੱਗ ਗਿਆ ਤੇ ਤੁਰੇ ਫਿਰ ਉਹ ਹਾਈ ਕੋਰਟ ਤੱਕ ਸੁਪਰੀਮ ਕੋਰਟ ਤੱਕ ਆਪਦੀ ਜ਼ਮਾਨਤ ਕਰਾਉਂਦੇ ਹੋਏ ਇਹੀ ਹਾਲ ਇਸ ਕੇਸ ਦੇ ਵਿੱਚ ਆ ਜਦੋਂ ਪੁਲਿਸ ਜਿਹੜੀ ਆ ਉਹ ਦੋਸ਼ ਲਾਉਂਦੀ ਹੈ ਉਹ ਬਹੁਤ ਵੱਡੇ ਵੱਡੇ ਚੱਕੇ ਜਿਹੜੀ ਆ ਉਸ ਨੂੰ ਵੱਡਾ ਇੱਕ ਬਣਾ ਦਿੰਦੇ ਆ ਕਿ ਇਹ ਬੰਦਾ ਜਿਹੜਾ ਵਾ ਇਹ ਤਾਂ ਬਸ ਦੇਸ਼ ਦੀ ਜਿਹੜੀ ਸਰਕਾਰ ਆ ਉਹ ਉਲਟਣ ਵੱਲ ਜਾ ਰਿਹਾ ਸੀ ਤੇ ਪਤਾ ਨੀ ਕਿਵੇਂ ਅਸੀਂ ਜਿਹੜਾ ਵਾ ਇਹ ਪੁਸ਼ ਕਰਕੇ ਬਚਾ ਲਿਆ ਗਿਆ ਸਰ ਇੱਕ ਮਿੰਟ ਬਾਠ ਸਾਹਿਬ ਮੈਂ ਤੁਹਾਡੇ ਸਵਾਲ ਨਾਲ ਜੋੜ ਰਿਹਾ ਸਰ ਸਰ ਇੱਕ ਟਵੀਟ ਦੇ ਨਾਲ ਸਰ ਸੁਪਰੀਮ ਕੋਰਟ ਹਿੱਲ ਜਾਂਦੀ ਹੈ ਸਰ ਇਹ ਟਵੀਟ ਦੇ ਨਾਲ ਸਰ ਕਿਸਾਨ ਅੰਦੋਲਨ ਦੇ ਵਿਚਾਲੇ ਸਰਕਾਰ ਹਿੱਲੀ ਪਈ ਹੈ ਬਾਠ ਸਾਹਿਬ ਇੱਕ ਟਵੀਟ ਹੈ ਉਹ ਦੇਸ਼ ਦੀ ਡੈਮੋਕ੍ਰੇਸੀ ਲਈ ਖਤਰਾ ਹੈ ਮੈਂ ਦੇਖੋ ਮੈਂ ਇਹੀ ਗੱਲ ਕਹਿ ਰਿਹਾ ਕਿ ਕੀ ਸਾਡੀ ਡੈਮੋਕ੍ਰੇਸੀ ਕੀ ਸਾਡੀ ਜਦੋਂ ਅਸੀਂ ਕਹਿੰਦੇ ਹਾਂ ਕਿ ਮੈਂ 130 ਕਰੋੜ ਹਿੰਦੁਸਤਾਨ ਵਾਸੀਆਂ ਦੇ ਬਿਹਾਫ ਤੇ ਗੱਲ ਕਰਦਾ ਹੈ ਤਾਂ 130 ਕਰੋੜ ਜਿਹੜੇ ਸਾਡੇ ਹਿੰਦੁਸਤਾਨੀ ਸਾਡੇ ਵਾਸੀ ਹੈ ਕੀ ਉਹਨਾਂ ਦੀ ਸਰਕਾਰ ਜਿਹਦੇ 300 ਤੋਂ ਉੱਪਰ ਮੈਂਬਰ ਪਾਰਲੀਮੈਂਟ ਹੈ ਉਹਦੇ ਵਿੱਚ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਮੈਜੋਰਟੀ ਹੈ ਐਡੀ ਵੱਡੀ ਪੁਲਿਸ ਫੋਰਸ ਹੈ ਐਡੀਆਂ ਵੱਡੀਆਂ ਏਜੰਸੀਜ਼ ਹੈ ਕਿ ਉਹ ਇੰਨੀ ਕਮਜ਼ੋਰ ਸਰਕਾਰ ਹੈ ਕਿ ਇੱਕ ਜਿਹੜੀ ਆ ਉਹ ਟਵੀਟ ਦੇ ਨਾਲ ਹਿੱਲ ਜਾਵੇ ਚਾਹੇ ਉਹ ਰਿਹਾਨਾ ਹੋਵੇ ਚਾਹੇ ਉਹ ਕੁੜੀ ਜਿਹੜੀ ਆ ਉਹ ਕਲਾਈਮੇਟ ਵਾਲੀ ਉਹਦਾ ਹੋਵੇ ਚਾਹੇ ਹੁਣ ਇਹਨਾਂ ਦੀ ਟੂਲ ਕਿੱਟ ਹੈ ਮਤਲਬ ਸਰਕਾਰ ਜਿਹੜੀ ਹੈ ਇੱਕ ਜਿਹੜੀ ਡਿਸਅਫੈਕਸ਼ਨ ਕਰਨ ਦੀ ਠੀਕ ਹੈ ਸਰ ਠੀਕ ਹੈ ਵਟਸਐਪ ਠੀਕ ਹੈ ਇਹ ਜਿਹੜਾ ਪੋਸੀਬਲ ਹੈ ਤੁਸੀਂ ਦੇਖੋ ਕਿ ਜਿਹੜਾ ਸਾਡਾ ਸਿਸਟਮ ਹੈ ਮੈਂ ਇੱਕ ਮਿੰਟ ਚ ਗੱਲ ਕਰੂੰਗਾ ਜਿਹੜਾ ਸਾਡਾ ਸਿਸਟਮ ਹੈ ਅੱਜ ਤੁਸੀਂ ਨਿਊਜ਼ ਦੇਖੀ ਹੋਵੇਗੀ ਕਿ ਜਿਹੜਾ ਕੇਰਲਾ ਦੇ ਇੱਕ ਪੱਤਰਕਾਰ ਹੈ ਉਹਨੂੰ ਬੇਲ ਦਿੱਤੀ ਗਈ ਹੈ ਸਿਰਫ 5 ਦਿਨ ਦੀ ਕਿ ਪੁਲਿਸ ਜਿਹੜੀ ਆਪਣੀ ਮਾਂ ਨੂੰ ਦੇਖਣ ਦੇ ਲਈ ਕਿ ਉਹਦੀ ਮਾਂ ਬਿਮਾਰ ਹੈ ਪੁਲਿਸ ਸਕੌਟ ਜਾਏਗੀ ਤੇ ਉਹਦੇ ਨਾਲ ਜਾ ਕੇ ਉਹ ਮਾਂ ਨੂੰ ਦੇਖ ਕੇ ਵਾਪਸ ਆਏਗਾ ਦੂਸਰੇ ਪਾਸੇ ਤੁਹਾਡਾ ਮੀਡੀਆ ਦਾ ਇੱਕ ਬੰਦਾ ਹੈ ਜਿਹਨੂੰ 5 ਦਿਨ ਦੇ ਵਿੱਚ ਜਿਹੜੀ ਹੈ ਸੁਪਰੀਮ ਕੋਰਟ ਤੋਂ ਆ ਕੇ ਇਹ ਜ਼ਮਾਨਤ ਮਿਲਦੀ ਹੈ ਤੇ ਔਰ ਬਾਹਰ ਕੱਢ ਦੇ ਦੇਖੋ ਇਹ ਸਿਸਟਮ ਜਿਹੜਾ ਵਾ ਕਾਨੂੰਨ ਦੇ ਵਿੱਚ ਜਿੰਨਾ ਚਿਰ ਤੱਕ ਇਹ ਰਹੇਗੀ ਇੱਕ ਜਿਹੜਾ ਲਾਅ ਜਿਹੜਾ ਚਾਹੀਦਾ ਕਿ ਲਾਅ ਆਪਦੀ ਲੈਣ ਸਾਰਿਆਂ ਲਈ ਬਰਾਬਰ ਹੈ ਜਿੰਨਾ ਚਿਰ ਤੱਕ ਉਹ ਬਰਾਬਰ ਨਹੀਂ ਹੋਏਗਾ ਪ੍ਰੈਫਰੈਂਸ਼ੀਅਲ ਟ੍ਰੀਟਮੈਂਟ ਮਿਲਦੀ ਰਹੇਗੀ ਖਾਸ ਬੰਦਿਆਂ ਨੂੰ ਠੀਕ ਹੈ ਠੀਕ ਹੈ ਸ਼ਸ਼ੀਕਾਂਤ ਜੀ ਇੱਕ ਆਖਰੀ ਸਵਾਲ ਤੁਹਾਨੂੰ ਕਰਨਾ ਚਾਹੁੰਦਾ ਸ਼ਸ਼ੀਕਾਂਤ ਜੀ ਸਰ ਇਸ ਟੂਲਕਿਟ ਦੇ ਪਹਿਲੇ ਪੰਨੇ ਦੇ ਉੱਤੇ ਆਰਐਸਐਸ ਬੀਜੇਪੀ ਲਿਖੀ ਹੈ ਇਸ ਕਰਕੇ ਸਰ ਦਿੱਕਤ ਹੈ ਜਾਂ ਟੂਲਕਿਟ ਤੋਂ ਦਿੱਕਤ ਹੈ ਸ਼ਸ਼ੀਕਾਂਤ ਜੀ ਲਾਸਟ ਸਵਾਲ ਇਹ ਜਿਹੜੇ 2 ਅੱਖਰ ਲਿਖੇ ਹੈਗੇ ਨੇ ਇਹਦੇ ਨਾਲ ਦਿੱਕਤ ਹੈਗੀ ਹੈ ਤੇ ਬੱਚਾ ਵੀ ਵੇਖ ਸਕਦਾ ਹੈਗਾ ਜੀ ਚਲੋ ਬਹੁਤ ਧੰਨਵਾਦ ਸ਼ਸ਼ੀਕਾਂਤ ਜੀ ਕੇਂਗਰਾ ਸਾਹਿਬ ਮੇਰੇ ਕੋਲ ਵਕਤ ਹੈ ਨਹੀਂਗਾ ਪੁਲਰ ਸਾਹਿਬ ਤੁਸੀਂ ਥੋੜ੍ਹਾ ਜਿਹਾ ਆਊਟ ਹੋ ਗਏ ਸੀਗੇ ਤੁਹਾਡੇ ਲਈ ਵਕਤ ਨਹੀਂ ਹੈਗਾ ਹੁਣ ਬਹੁਤ ਧੰਨਵਾਦ ਤੁਹਾਡਾ ਬਾਠ ਸਾਹਿਬ ਤੁਹਾਡਾ ਵੀ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਹੀ ਬਹੁਤ ਧੰਨਵਾਦ ਕਰਦੇ ਹਾਂ ਅਤੇ ਇਸ ਟੂਲ ਕਿੱਟ ਨਾਲ ਕਿਸਾਨ ਅੰਦੋਲਨ ਨੂੰ ਕੀ ਨੁਕਸਾਨ ਹੋਵੇਗਾ ਕਿਸਾਨ ਅੰਦੋਲਨ ਦੇ ਵਿਚਾਲੇ ਕੀ ਹੋ ਜਾਵੇਗਾ ਗੂਗਲ ਅਤੇ ਗਰਾਊਂਡ ਵਿੱਚ ਬੜਾ ਫਰਕ ਹੁੰਦਾ ਜੇ ਗੂਗਲ ਦੇ ਨਾਲ ਟੂਲ ਕਿੱਟ ਦੇ ਨਾਲ ਇਹ ਸਾਰਾ ਕੁਛ ਅੰਦੋਲਨ ਲੜਿਆ ਜਾਂਦਾ ਹੁੰਦਾ ਤਾਂ ਗਰਾਊਂਡ ਦੀ ਲੋੜ ਨਾ ਪੈਂਦੀ ਔਖਾ ਇਹੀ ਹੈ ਕਿ ਅੰਦੋਲਨ ਗਰਾਊਂਡ 'ਤੇ ਹੈ ਇਸ ਲਈ ਗੂਗਲ ਦਾ ਸਹਾਰਾ ਲਿਆ ਜਾਂਦਾ ਪਰ ਇਹ ਕੇਸ ਕੋਰਟਾਂ ਵਿੱਚ ਜਾ ਕੇ ਕਿੰਨੇ ਖੜਨਗੇ ਸਾਡਾ ਸਵਾਲ ਤਾਂ ਇਹੀ ਹੈ ਜਦੋਂ ਕੋਰਟਾਂ ਵਿੱਚ ਇਹ ਸਾਰੇ ਕੇਸ ਮਜ਼ਬੂਤੀ ਨਾਲ ਰੱਖੇ ਜਾਣਗੇ ਇਹਨਾਂ ਕੇਸਾਂ ਵਿੱਚ ਇਹ ਲੋਕ ਹੈ ਜਿਹੜੇ ਆਹ ਤਸਵੀਰਾਂ ਵਿੱਚ ਜਿਹੜੀਆਂ ਤੁਸੀਂ 3 ਚਿਹਰੇ ਦੇਖ ਰਹੇ ਹੋ ਔਰਤਾਂ ਦੇ ਜੇ ਇਹਨਾਂ ਚਿਹਰਿਆਂ 'ਤੇ ਕੋਈ ਸਵਾਲ ਉੱਠਦੇ ਆ ਤਾਂ ਸਭ ਤੋਂ ਪਹਿਲਾਂ ਸਵਾਲ ਚੁੱਕਣ ਵਾਲੇ ਅਸੀਂ ਹੋਵਾਂਗੇ ਬਹੁਤ ਧੰਨਵਾਦ